जस टीवी देख रहे हो मैं केपी सिंह तुहाडा स्वागत करता हूं टू द पॉइंट विच। पंजाब दे विच करोना नाल किवें लड़ाई लड़ी जाए कि सेहत अमले कोले किन्ने बंदोबस्त है की है सेहत अमले कोले वो बंदोबस्त है की है जिहड़े सेहत अमले नूं चाहिए है जिहड़ा साडा GDP दा किन्ना हिस्सा जिहड़ा वो सेहत सहूलतों लई वरत्या जांदा है। ये बहुत सारे इहो जिहे सवाल है कि पंजाब विच मौत दर ज़्यादा क्यों है रिकवरी रेट है जिहड़ा वो स्लो क्यों है। ये सारे सवालों का जवाब देने लई अज साडे नाल सूबे दे सेहत मंत्री मौजूद होण के सवाल इक्को पुछांगे उहनां नूं पंजाब विच करोना किवें होवेगा कब। वड्डा सवाल इक्को पूछा जाएगा इस चर्चा के विच वड्डा सवाल यह पूछा जाएगा करोना खिलाफ लड़ते पंजाब दे सेहत अमले सामने किहड़ी टेंशन है। इस सवाल ते असीं चर्चा करांगे। मैं तुहाडा तारुफ करा देवां सेहत मंत्री पंजाब बलबीर सिंह सिद्धू साडे नाल इस वक्त मौजूद है कि सिद्धू साहब तुहाडा बहुत स्वागत है सर। सिद्धू साहब मैं कोशिश करूँगा कि मेरे सवाल बड़े स्पष्ट होन ते मैनू ये भी उम्मीद रहेगी कि तुहाडे जवाब भी बड़े स्पष्ट होणगे मेरे कोले क्योंकि सारे पंजाबी इंतजार करते पे है कि तुसी उन्हां नूं सारा कुछ दस सको कि तुसी हुण तक कीता की हैगा। सिद्धू साहब एक सधारण जिहा सवाल है कि सेहत अमला केपी जी मैं तुहाडे मां सारे जिहड़े मेरे भरा सुन रहे हो मेरे वल्लों सारिआं नूं प्यार भरी सति श्री अकाल ਤੇ ਪਲੱਸ ਵਨ ਜਸਟਿਸ ਜੀ ਦਾ ਪ੍ਰਭਾਵ ਜੀ ਨੇ ਮੈਨੂੰ ਬੁਲਾਇਆ ਹੈ ਜੀ ਤੇ ਥੈਂਕ ਯੂ ਸ਼ੁਰੂਆਤ ਕਰੋ ਜੀ ਤੁਹਾਡੀ ਫਤਿਹ ਕਬੂਲ ਹੈ ਸਰ ਸਾਰਿਆਂ ਨੂੰ। ਸਿੱਧੂ ਸਾਹਿਬ ਸਿਹਤ ਅਮਲੇ ਨੂੰ ਲੜਨ ਦੇ ਲਈ ਪੂਰਾ ਸਮਾਨ ਚਾਹੀਦਾ ਹੁੰਦਾ ਹੈ PPE ਕਿੱਟਸ ਚਾਹੀਦੀਆਂ ਹੁੰਦੀਆਂ ਵੈਂਟੀਲੇਟਰ ਚਾਹੀਦੇ ਹੁੰਦੇ ਆ। ਸਵਾਲ ਉੱਥੇ ਸ਼ੁਰੂ ਕਰੂੰਗਾ ਸਿਹਤ ਅਮਲਾ ਜਿਨ੍ਹਾਂ ਨੂੰ ਤੁਸੀਂ ਅੱਜ ਫਰਿਸ਼ਤੇ ਦੱਸ ਰਹੇ ਹੋ ਉਹ ਉਹਨਾਂ ਫਰਿਸ਼ਤਿਆਂ ਲਈ ਤੁਸੀਂ ਕੀਤਾ ਕੀ ਹੈ। ਦੇਖੋ ਗੱਲ ਇੱਦਾਂ ਹੈਗੀ ਕਿ ਵੀ ਜਿਹੜਾ ਸਾਡਾ ਪੰਜਾਬ ਦਾ ਜਿੰਨਾ ਵੀ ਮੈਡੀਕਲ ਦਾ ਢਾਂਚਾ ਹੈਗਾ ਚਾਹੇ ਸਾਡੇ ਹਸਪੀਟਲ ਨੇ ਜਾਂ ਸਾਡੇ ਹੋਰ ਸਾਰਾ ਸਾਰਾ ਸਮਾਨ ਹੈ ਵੈਸੇ ਤਾਂ ਸਮੁੱਚੇ ਵਾਰਡ ਦੇ ਵਿੱਚ ਹੀ ਇਸ ਵੇਲੇ ਕਿਸੇ ਨੂੰ ਪਤਾ ਨਹੀਂ ਸੀ ਕਿ ਐਡੀ ਵੱਡੀ ਮਹਾਂਮਾਰੀ ਸਾਨੂੰ ਸਾਰਿਆਂ ਸਾਹਮਣਾ ਕਰਨਾ ਪਊਗਾ। ਪਰ ਇੱਕ ਗੱਲ ਹੈ ਕਿ ਵੀ ਅਸੀਂ ਜਿਸ ਤਰੀਕੇ ਨਾਲ ਤਿਆਰੀ ਕੀਤੀ ਹੈ ਉਸ ਤਰੀਕੇ ਨਾਲ ਅਸੀਂ ਬਹੁਤ ਅੱਛੇ ਤਰੀਕੇ ਨਾਲ ਲੜਾਈ ਲੜ ਰਹੇ ਹਾਂ ਔਰ ਮੈਂ ਇਹਦੇ ਲਈ ਜਿਵੇਂ ਤੁਸੀਂ ਸਾਡੇ ਡਾਕਟਰਾਂ ਨੂੰ ਫਰਿਸ਼ਤੇ ਕਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਜਿੰਨਾ ਵੀ ਸਰਕਾਰੀ ਅਮਲਾ ਫੈਲਦਾ ਜਿਹੜੇ ਜਿਹੜਾ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਸਾਰੀ ਬੜੀ ਤਨਦੇਹੀ ਨਾਲ ਕੰਮ ਕਰ ਰਹੇ ਨੇ ਔਰ ਸਾਡੇ ਇਹ ਨਹੀਂ ਕਿ ਜਿਹੜੇ ਸਿਆਸੀ ਲੋਕ ਨੇ ਜਾਂ ਸਾਡੇ ਜਿਹੜੇ NGO ਨੇ ਪੰਜਾਬ ਦੀਆਂ ਜਾਂ ਕਈ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਅੱਛਾ ਰੋਲ ਪਲੇ ਕਰ ਰਹੀਆਂ ਨੇ ਇਸ ਲੜਾਈ ਦੇ ਵਿੱਚ ਅਤੇ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਾਡੇ ਕੋਲ ਲੜਾਈ ਵਾਸਤੇ ਕਿੰਨਾ ਕੁ ਸਿਸਟਮ ਹੈ ਵੀ ਸਾਡੇ ਕੋਲ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਜਦੋਂ ਸ਼ੁਰੂ ਸ਼ੁਰੂ 'ਚ ਹੁੰਦਾ ਹੈ ਕਿ ਜਦੋਂ ਲੜਾਈ ਲੜਨ ਲੱਗਦੇ ਜਿਸਦਾ ਪਤਾ ਹੋਵੇ ਪਹਿਲਾਂ 6 ਮਹੀਨੇ ਗਏ ਆਹ ਤਿਆਰੀ ਕਰਨੀ ਹੈ ਪਰ ਸਾਨੂੰ ਜਿਹੜਾ ਸਮਾਂ ਬੜਾ ਘੱਟ ਮਿਲਿਆ ਸੀ ਪਰ ਫਿਰ ਵੀ ਪੰਜਾਬ ਨੇ ਉਸ ਗੱਲ ਨੂੰ ਸੰਭਾਲਿਆ ਬੜੇ ਸਮੇਂ ਸਿਰ ਸੰਭਾਲਿਆ। ਸਿੱਧੂ ਸਾਹਿਬ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਸਮਾਨ ਪੂਰਾ ਹੈਗਾ ਮੈਂ ਉਹਨਾਂ ਫਰਿਸ਼ਤਿਆਂ ਦਾ ਸਵਾਲ ਤੁਹਾਡੇ ਕੋਲ ਵਾਰ ਵਾਰ ਕਰ ਰਿਹਾ ਜਿਹੜੇ ਫਰਿਸ਼ਤੇ ਲਗਾਤਾਰ ਇਸ ਪੂਰੀ ਮੁਹਿੰਮ ਦੇ ਵਿੱਚ ਲੱਗੇ ਹੋਏ ਆ ਮੋਢੇ ਨਾਲ ਮੋਢਾ ਜੋੜ ਕੇ ਸਵਾਲ ਉਹਨਾਂ ਦਾ ਸਰ ਅੰਮ੍ਰਿਤਸਰ ਦੇ ਵਿੱਚ ਇੱਕ ਮਾਈਕਰੋਬਾਇਓਲੋਜਿਸਟ ਹੈ ਫੀਮੇਲ ਉਹ ਬੇਹੋਸ਼ ਹੋ ਗਏ ਅਤੇ ਉਹਨਾਂ ਨੇ ਸਵਾਲ ਸਰਕਾਰ 'ਤੇ ਚੱਕਿਆ ਸਰ ਉਹਨਾਂ ਦਾ ਕੀ ਜਵਾਬ ਦਿਓਗੇ। ਦੇਖੋ ਤੁਸੀਂ ਕਦੋਂ ਬੇਹੋਸ਼ ਹੋਏ ਨੇ ਕੀ ਕਾਰਨ ਹੋਇਆ ਅੰਮ੍ਰਿਤਸਰ ਕਿਹੜੇ ਹਸਪੀਟਲ ਗੁਰੂ ਨਾਨਕ ਹਸਪੀਟਲ ਦੀ ਗੱਲ ਕਰਦੇ ਹੋ ਸਰ ਸਿਵਲ ਹਸਪਤਾਲ ਜਾਂ ਗੁਰੂ ਨਾਨਕ ਦੀ ਕਰਦੇ ਹੋ ਜਾਂ ਤੁਸੀਂ ਲੈਬ ਦੀ ਗੱਲ ਕਰਦੇ ਹੋ ਅਤੇ ਉਹਦੇ 'ਚ ਕੀ ਹੈ ਕਿ ਵੀ ਜਿਹੜੇ ਸਿਵਲ ਹਸਪੀਟਲ ਹੁਣ ਉੱਥੇ ਨਹੀਂ ਰਿਹਾ ਉਹ ਵੱਖਰਾ ਹੈਗਾ ਗੁਰੂ ਨਾਨਕ ਜਿਹੜਾ ਹਸਪੀਟਲ ਮੈਡੀਕਲ ਕਾਲਜ ਹੈਗਾ ਉਹ ਸਰ ਉਹ ਸਿਹਤ ਪ੍ਰਬੰਧਾਂ ਦੇ ਸਵਾਲ ਚੁੱਕੇ ਆ PPE ਕਿੱਟਸ ਦੇ ਸਵਾਲ ਚੁੱਕੇ ਆ ਟੈਸਟਿੰਗ ਕਿੱਟਾਂ ਦੇ ਸਵਾਲ ਆ ਰਹੇ ਆ ਅੰਮ੍ਰਿਤਸਰ ਤੋਂ ਸਰ। ਨਹੀਂ ਦੇਖੋ PPE ਕਿੱਟ ਦੇ ਕੋਈ ਸਵਾਲ ਹੀ ਨਹੀਂ ਹੈ PPE ਕਿੱਟ ਸੈਂਟਰ ਗੌਰਮੈਂਟ ਪ੍ਰੋਵਾਈਡ ਕਰਦੀ ਆ ਔਰ ਚਾਈਨਾ ਦੀ ਕੰਪਨੀ ਬਣਾਉਂਦੀ ਆ ਅਸੀਂ ਉਹਨਾਂ ਕੋਲ ਲੈ ਕੇ ਸਾਨੂੰ ਅਸੀਂ ਅੱਗੇ ਲਾਉਂਦੇ ਹਾਂ ਹੁਣ ਹਿੰਦੁਸਤਾਨ 'ਚ ਪੰਜਾਬ 'ਚ ਲੁਧਿਆਣੇ ਵਿੱਚ ਹੀ ਬਣਨੇ ਸ਼ੁਰੂ ਹੋ ਗਈਆਂ ਨੇ ਬੜੀ ਅੱਛੀ ਕੁਆਲਿਟੀ ਦੀਆਂ ਲੇਕਿਨ ਉਸ ਵਾਰ ਸਮਾਂ ਲੱਗਿਆ ਪਰ ਲੇਕਿਨ ਹੁਣ ਤਾਂ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਹਰ ਤਰ੍ਹਾਂ ਦਾ ਸਟਾਫ ਸਾਡੇ ਕੋਲ ਹਰ ਵੇਲੇ ਅਵੇਲੇਬਲ ਰਹਿੰਦਾ। ਸਰ 12 ਕੰਪਨੀਆਂ ਮੇਰੇ ਕੋਲ ਪਈਆਂ ਤੁਹਾਡੀਆਂ ਜਿਹੜੀਆਂ ਲੁਧਿਆਣਾ ਜਿਨ੍ਹਾਂ ਨੂੰ ਤੁਸੀਂ ਕਿਹਾ PPE ਕਿੱਟਸ ਬਣਾਉਣ ਵਾਸਤੇ ਆਹ ਮੇਰੇ ਕੋਲ ਪੂਰੀ ਡਿਟੇਲ ਪਈ ਆ ਸਰ ਕਿੰਨੀਆਂ ਕਿੱਟਾਂ ਸਰ ਇਹਨਾਂ ਕੋਲ ਆ ਚੁੱਕੀਆਂ ਸਿੱਧੂ ਸਾਹਿਬ ਦੇਖੋ ਕਿਉਂਕਿ ਹਜੇ ਤੱਕ ਵੀ ਸਰ ਸਵਾਲ ਸੁਣ ਲਓ ਪੂਰਾ ਸਰ ਸਿੱਧੂ ਸਾਹਿਬ ਸੁਣ ਲਓ ਸਰ ਸਰ ਪੂਰਾ ਸਵਾਲ ਲੈ ਲਓ ਸਿੱਧੂ ਸਾਹਿਬ ਸਵਾਲ ਇਸ ਕਰਕੇ ਆ ਹਜੇ ਵੀ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਉਹ ਨਿੱਜੀ ਤੌਰ ਤੇ ਕਹਿ ਰਹੀਆਂ ਕਿ ਅਸੀਂ PPE ਕਿੱਟ ਵੰਡਦੇ ਫਿਰਦੇ ਆ ਤੁਹਾਡੀਆਂ ਵਿਰੋਧੀ ਧਿਰਾਂ ਉਹ ਕਹਿੰਦੀ ਅਸੀਂ PPE ਕਿੱਟ ਵੰਡਦੇ ਫਿਰਦੇ ਆ। ਦੇਖੋ KP ਜੀ ਜਿਹੜੀ PPE ਕਿੱਟ ਆ ਹਰ PPE ਕਿੱਟ ਜਿਹੜੀਆਂ ਲੋਕ ਪ੍ਰੋਵਾਈਡ ਕਰ ਰਹੇ ਨੇ ਹਰ ਜਿਹੜੀ ਹੈਗੀ ਆ ਉਹ ਸਾਡੇ ICMR ਦੀ
नॉर्मल मुताबक नहीं हैगी जी उन्होंने वालों अप्रूव की जाती है उ बंदा डॉक्टर पहन सकता उ जरा पैरामेडिकल स्टाफ पहन के जो पॉजिटिव पेशेंट को जा सकता है जो तुम सोचते हो पीपी किटा तो कई गाउन पीपी किट कही जाते हैं कई पीपी किटा जो हैंड ग्लव चश्मा हैगा वधिया क्वालिटी का नहीं है इस करके जी असं उूज कर पेशेंट को करते हैं वो प्रोपर जी चाइना की बहुत टॉप क्लास किट आ यूज करते हैं तो सिद्धू साहब फिर इस सियासत को रोको ना जो आते हैं पी पी किट वड़ते फिरते जो तो लगता कि आई सी एम आर के मानक से खरा नहीं उतर रही फिर यह सियासत क्यों हो रही है पंजाब दे सर यह है कि भी जेडे कुछ जड़िया है ने जिस तरह साढ़े जेडे आम पैरामेडिकल स्टाफ जो बाहर फील्ड से घूम रहे हैं उन्होंने जो जो पुलिस का स्टाफ हैगा अस उन्हां वास्ते जिन्होंने पेशेंट के नेड़े नहीं लगना होंदा वो बंदे उन्हूं पहन सकते हैं लेकिन जेडे बंदे ने सैंपल लेना है जिन्हें अंदर ट्रीटमेंट करना है उन्होंने दूसरी किट पानी पैंती है तुहाडे सेहत अमले को सर पीपी किट्स हैगियां पूरियां पूरियां हैगियां जी सर जिथे तुसी बैठे हो मोहाली खरड़ अस्पताल माड़ा गेड़ा मार के आइयो सर पुछियो जरूर उथे मैं सर पुछ के आया सर गल मेरे को ऐप तुसी जे देखदे हो मेरे को रिकॉर्ड है तो स्टॉक ऑल शाम दा पिया है कि किन्नी की पीपी किट केड़े-केड़े हॉस्पिटल किन्नी-किन्नी पई है मैं तुहानू हुण कल डिस्ट्रिक्ट वाइज दस सकदा जी ठीक है हां कोई प्रॉब्लम वाली गल सर वेंटीलेटर हैगे है सारे कोले सारे हस्पतालों दे विच जिहड़े 100-100 बैड 50-50 बैड दे हस्पताल है उहनां कोल वेंटीलेटर चलदी हालत विच किन्ने हैगे सर उह दस सकदे हो तुसी पूरे पंजाब दे कोले साढ़े को जरा वेंटीलेटर जो साढ़े तीन जो आइसोलेशन वार्ड जितने चार बने हुए हैं उत्तर हर जगह पर वेंटीलेटर उपलब्ध हैगा वेंटीलेटर की बहुत लास्ट स्टेज जाकर लोड़ पड़ती है साढ़े मेडिकल कॉलेज फरीदकोट के मेडिकल कॉलेज पटियाला मेडिकल कॉलेज साडा अमृतसर उन्होंने वेंटीलेटर उपलब्ध हैगे ने लेकिन जोड़ा सा लुधियाने जिम्मे सी एम सी को असी सारी वेंटीलेटर असते प्रोवाइड किए हैं उन्होंने आई सी यू वार्ड सारा असी अपने को टेकओवर किया हो उसे 10 बैड का असं वेंटीलेटर वाला आईसीयू वार्ड बनाया है तो बाकी असी 85 के करीब जो वेंटीलेटर नंगा का ऑर्डर किया है उस तो बाद असी सारा करांगे और जिहड़ा सानू सेंटर गवर्नमेंट प्रपोजल बना के भेजी है कि असी हर डिस्ट्रिक्ट लैवल से आईसीयू बनाना चाहते हैं कि जिहड़ी ये महामारी है ये पूरे वार्ड के फैली है अमेरिका मुल्कों को भी साजो समान की कमी है कनेडा वर्गिया को भी कमी है लेकिन साढ़े को जो असी सारे वेंटीलेटर की कॉन्टेबिट कर प्राइवेट सारे जो कोई एदा आफत आती है जो प्राइवेट हॉस्पिटल ने वो भी सरकार के अधिकार क्षेत्र च होंगे ने 900 के कुछ वेंटीलेटर साढ़े को उपलब्ध है पंजाब के इस वे सर सारे वर्किंग कंडीशन है हाँ सारे वर्किंग कंडीशन तो सिद्धू साहब जो सा टेस्ट हो रहे हैं तो सवाल ये उठ रहा कि टेस्टिंग किट्स है जो साढ़े को उन्होंने भी टेस्ट होने लाजमी है क्योंकि टेस्टिंग किटा तो सवाल तुम चकते हैं नहीं जी रैपिड टेस्ट किट सी जी आई सी एम आर ने रिजेक्ट करता वो की सर जो बहुत सारे स्टेटा ने उस किट के उत्ते बकायदा टेस्ट किए तो उस असी भी किए कि जो रिजल्ट साढ़े को पॉजिटिव सगा जो अभी दूसरी कन्फर्मेशन वास्ते सैकंड लैब को ले गया तो उत्तर नैगेटिव आ गया तो वो उस शंका जताई गई फिर उस तो बाद उन्होंने टेस्ट करने बंद किए गए फिर जी सा जी पी सी आर किट हैगी जो पहला सिस्टम उन्होंने लागू किया गया सर डॉक्टरों की घाट हस्पतालों के अज भी है डॉक्टरों की घाट तो पूरे पंजाब पूरे हिंदुस्तान में हैगी है मैं असं मानते हैं कि साढ़े को बहुत सारे इंस्टीट्यूशन डॉक्टर की स्कैटरिस्ट की कमी हैगी काफ़ी जोड़े है डॉक्टर की कमी हैगी है लेकिन उन्होंने आस्ते आस्ते पूरा करने वास्ते असं जो डॉक्टर रिटायरी से उन्होंने रिपायरमेंट दी है जी लास्ट पे ड्राफ करते उन्होंने रखा गया प्लस सानू बहुत सारे डॉक्टर ने आप वॉलंटियर तौर पर कोई 500-600 डॉक्टर ने सानू ऑफर दी कि असी भी इस जी लड़ाई हिस्सा पाने तैयार हाँ सानू मौका दो असी आ जाएंगे सिद्धू साहब जो रूरल एरिया के डॉक्टर है पंचायती राज के थले आते हैं उन्होंने तुम विभाग में लै सकते हो कि नहीं लै सकते क्यों नहीं लैना असी सारे इस वे साढ़े सी एम ओ के तहत कम करते रहे पहला वो सी अपना डिस्पेंसरी करते लेकिन हूँ साढ़ा सी एम ओ उन्होंने सारा लेके साढ़े को आ गए हैं असी उन्होंने वरत रहे हैं सारे चलो सिद्धू साहब एक छोटा जिहा वक्फा लूँगा वक्फे तो वापस आऊँगा तुहाडा एक एक बयान है जिहड़ा वो साढ़े दर्शक सुन रहे हैं रिकॉर्ड कर रहे हैं याद कर रहे हैं कि सिद्धू साहब ने जस टीवी ते जस पंजाबी अगे की कुछ किया हैगा तो वापस आके ब्रेक तो बाद सवाल जरूर होगा कि पंजाब विच करोना पीड़ितों की जी डैथ रेट है वो पूरे मुल्क विचों ज़्यादा क्यों है तो रिकवरी रेट स्लो क्यों हैगा ब्रेक तो बाद वापस आ रहे हैं काबू सवाल एक ही पूछ रहे सवाल असं ये पूछ रहे हैं
ਕਰੋਨਾ ਖਿਲਾਫ ਲੜਦੇ ਪੰਜਾਬ ਦੇ ਸਿਹਤ ਅਮਲੇ ਸਾਹਮਣੇ ਕਿਹੜੀ ਟੈਨਸ਼ਨ ਆ? ਬਲਵੀਰ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਹੈਗੇ ਆ। ਸਿੱਧੂ ਸਾਹਿਬ, ਗੁਆਂਢੀ ਸੂਬਿਆਂ ਦੇ ਮੁਕਾਬਲੇ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਹਾਲਾਤ ਚੰਗੇ ਨਹੀਂ ਹੈਗੇ, ਤੁਹਾਨੂੰ ਵੀ ਪਤਾ। ਜੇ ਕਹਿੰਦੇ ਤਾਂ ਮੈਂ ਅੰਕੜੇ ਵੀ ਦੱਸ ਦੂੰਗਾ ਸਾਰੇ, ਨਾਲਾਂ ਅੰਕੜੇ ਚੱਲਦੇ ਵੀ ਪਏ ਆ। ਸਿੱਧੂ ਸਾਹਿਬ, ਸਾਡੇ ਰਿਕਵਰੀ ਦਰ ਆ ਜਿਹੜੀ, ਉਹਦੇ ਵਿੱਚ ਵੀ ਅਸੀਂ ਪਿੱਛੇ ਖੜੇ ਹਾਂ, ਸਲੋ ਹਾਂ ਅਸੀਂ ਬਹੁਤ ਜ਼ਿਆਦਾ। ਸਰ, ਇਹਦਾ ਮਤਲਬ ਕੀ ਹੈ? ਸਰ ਦੇਖੋ, ਕੇਪੀ ਜੀ, ਹਰ ਜਗ੍ਹਾ 'ਤੇ ਵੱਖਰੇ ਵੱਖਰੇ ਜਿਹੜੇ ਲੋਕਾਂ ਨੇ ਪੈਰਾਮੀਟਰ ਅਪਣਾਏ ਹੋਏ ਨੇ। ਅਸੀਂ ਬਹੁਤ ਜਿਹੜਾ ਸਾਡਾ ਕੁਆਰੰਟਾਈਨ ਦਾ ਟਾਈਮ ਆ ਉਹਨੂੰ ਵਧਾਇਆ ਹੋਇਆ ਹੈ। ਅਸੀਂ ਪਹਿਲਾਂ 14 ਦਿਨ ਸੀ, 14 ਤੋਂ 21 ਤੋਂ 28 ਦਿਨ ਕਰਤਾ ਹੈਗਾ, ਤਾਂ ਕਿ ਅਸੀਂ ਪੂਰਾ ਕਨਫਰਮ ਹੋ ਕੇ ਅਸੀਂ ਉਸ ਬੰਦੇ ਨੂੰ ਘਰ ਭੇਜਦੇ ਹੈਗੇ ਹਾਂ। ਜੇਕਰ ਅਸੀਂ 14 ਤੋਂ ਬਾਅਦ ਭੇਜਣਾ ਸ਼ੁਰੂ ਕਰ ਦਈਏ ਤਾਂ ਘੱਟੋ ਘੱਟ ਵੀ ਸਾਡੇ ਵੀ 60-70 ਬੰਦੇ ਹੋਰ ਅੱਜ ਘਰ ਪਹੁੰਚ ਜਾਣਗੇ। ਲੇਕਿਨ ਅਸੀਂ ਇਸ ਗੱਲ ਪਿੱਛੇ ਨਹੀਂ ਜਾਂਦੇ, ਅਸੀਂ ਬਿਮਾਰੀ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਹਾਂ। ਤੁਸੀਂ ਦੇਖਿਆ ਹੋਣਾ ਕਿ ਨਵਾਂ ਸ਼ਹਿਰ ਦੇ ਵਿੱਚ ਅਸੀਂ ਕਿਸ ਤਰ੍ਹਾਂ ਬਿਲਕੁਲ ਸਫਾਈ ਕਰਤੀ ਸੀ। ਹੁਣ ਇੱਕ ਉਹ ਡਰਾਈਵਰ ਜਿਹੜਾ ਜੰਮੂ ਤੋਂ ਆਇਆ ਉਹਦੇ ਕਰਕੇ ਦੁਬਾਰਾ ਨਵਾਂ ਸ਼ਹਿਰ ਦੇ ਵਿੱਚ ਜਾਂ ਫਿਰ ਜਿਹੜੇ ਸਾਡੇ ਸ਼ਰਧਾਲੂ ਆਏ ਨੇ ਹਜ਼ੂਰ ਸਾਹਿਬ ਤੋਂ ਵਾਪਸ, ਉਹਦਾ ਕਰਕੇ ਥੋੜ੍ਹਾ ਬਹੁਤ ਅੰਕੜਾ ਬਣ ਸਕਦਾ ਹੈ। ਵੈਸੇ ਓਵਰਆਲ ਅਸੀਂ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਨੂੰ ਬਿਲਕੁਲ ਕਲੀਅਰ ਕਰ ਚੁੱਕੇ ਸੀ। ਇਸ ਤਰ੍ਹਾਂ ਹੀ ਸਾਡਾ ਜਿਹੜਾ ਇਹ ਤੁਸੀਂ ਡੈਥ ਰੇਟ ਦੀ ਗੱਲ ਕਰਦੇ ਹੋ ਕਿ ਇਹਦੇ ਵਿੱਚ ਕਈ ਜਗ੍ਹਾ 'ਤੇ ਜਿਹੜੇ ਸਾਡੇ ਬੰਦਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਸੀਗੀਆਂ। ਇੱਕ ਏਜ ਫੈਕਟਰ ਸੀਗਾ ਅਤੇ ਇੱਕ ਬਹੁਤ ਸਿੱਕ ਹੋਣ ਤੋਂ ਬਾਅਦ ਉਹ ਲੋਕ ਹੋਸਪਿਟਲ ਆਏ ਔਰ ਲੋਕਾਂ ਨੂੰ ਪਹਿਲਾਂ ਸ਼ਾਇਦ ਇਹ ਗੱਲ ਦਾ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਵੀ ਇਹ ਇਹ ਸਾਡੀ ਜਾਨਲੇਵਾ ਸਾਬਤ ਵੀ ਹੋ ਸਕਦਾ ਹੈ। ਅਤੇ ਇਸ ਕਾਰਨ ਕਰਕੇ ਸਾਡਾ ਡੈਥ ਰੇਟ ਵਧਿਆ, ਪਰ ਉਹਨਾਂ ਸਾਰਿਆਂ ਦੀ ਏਜ ਆਲਮੋਸਟ 70 ਸਾਲ ਤੋਂ ਉੱਪਰ ਹੀ ਸੀਗੀ। ਜੇ 2-3 ਨੂੰ ਛੱਡ ਦਈਏ ਬਾਕੀ ਸਾਰੇ 70 ਸਾਲ ਤੋਂ ਉੱਪਰ ਏਜ ਦੇ ਬੰਦੇ ਸੀਗੇ। ਅਤੇ ਉਹਨਾਂ ਨੂੰ ਸ਼ੂਗਰ ਸੀਗਾ, ਹਾਈਪਰਟੈਂਸ਼ਨ ਸੀਗਾ। ਜਿਹੜਾ ਪੰਜਾਬ ਦਾ ਸਾਡਾ ਕਲਚਰ ਆ, ਬੜਾ ਰਿਚ ਫੂਡ ਅਸੀਂ ਖਾਂਦੇ ਹਾਂ ਅਤੇ ਸਾਡੇ ਬੰਦਿਆਂ ਨੂੰ ਜਿਹੜੀਆਂ ਕਈ ਅਸੀਂ ਐਕਸਰਸਾਈਜ਼ ਹੈ ਨਹੀਂ, ਇਸ ਕਰਕੇ ਸਾਨੂੰ ਬਿਮਾਰੀਆਂ ਵੀ ਕਈ ਲੱਗੀਆਂ ਹੋਈਆਂ ਨੇ। ਇਹਦੇ ਬਾਅਦ ਸਿੱਧੂ ਸਾਹਿਬ, ਇਹ ਸਮਝਿਆ ਜਾਵੇ ਜਿਹੜੀ ਜਿਹੜੀ ਦਲੀਲ ਤੁਸੀਂ ਦੇ ਰਹੇ ਹੋ, ਹੁਣ ਜਿਹੜੀ ਕਮੇਟੀ ਤੁਸੀਂ ਬਣਾਈ ਆ, ਜਾਂਚ ਹੋਊਗੀ ਜਿਹੜੀਆਂ ਮੌਤਾਂ ਹੋਈਆਂ, ਇਹਦਾ ਮਤਲਬ ਉਸ ਜਾਂਚ ਦੇ ਵਿੱਚ ਨਤੀਜਾ ਇਹ ਨਿਕਲ ਕੇ ਆਊਗਾ ਕਿ ਉਹਨਾਂ ਨੂੰ ਹੋਰ ਬਿਮਾਰੀਆਂ ਸੀਗੀਆਂ, ਉਹਨਾਂ ਦਾ ਇਮਿਊਨ ਸਿਸਟਮ ਪਹਿਲਾਂ ਤੋਂ ਵੀਕ ਸੀ, ਇਸ ਕਰਕੇ ਉਹਨਾਂ ਨੂੰ ਕਰੋਨਾ ਜਿਹੜਾ ਉਹ ਜ਼ਿਆਦਾ ਪ੍ਰਭਾਵਿਤ ਕਰ ਗਿਆ ਅਤੇ ਇਸ ਕਰਕੇ ਮੌਤਾਂ ਹੋ ਗਈਆਂ। ਇਹਦਾ ਮਤਲਬ ਕਰੋਨਾ ਵਾਇਰਸ ਕਰਕੇ ਮੌਤਾਂ ਨਹੀਂ ਹੋ ਰਹੀਆਂ ਗਿਆ, ਤੁਸੀਂ ਇਹ ਕਹਿ ਰਹੇ ਹੋ ਸਿੱਧੂ ਸਾਹਿਬ? ਬਿਲਕੁਲ, ਤੁਹਾਡੇ ਸਾਹਮਣੇ ਦੇਖੋ 83 ਸਾਲ ਦੀ ਮਾਤਾ ਵੀ ਇੱਕ ਵਾਪਸ ਆਈ ਇਸ ਤਰ੍ਹਾਂ। ਜਿਹੜੇ ਲੋਕਾਂ ਨੂੰ ਕੋਈ ਬਿਮਾਰੀ ਹੋਰ ਸੀ, ਜਿਹਨੂੰ ਆਪਾਂ ਕੋਮੋਰਬਿਡਿਟੀ ਕਹਿੰਦੇ ਆ, ਉਹਦੇ ਕਰਕੇ ਕਾਰਨ ਬਣਿਆ ਅਤੇ ਅਸੀਂ ਉਹਦੀ ਕੋਈ ਨਾ ਕੋਈ ਹਿਸਟਰੀ ਸੀ ਬੰਦੇ ਦੀ ਪਹਿਲਾਂ ਬਿਮਾਰੀ ਦੀ, ਉਹ ਹਿਸਟਰੀ ਦੇ ਕੋਈ ਬੰਦਾ ਕੈਂਸਰ ਦਾ ਮਰੀਜ਼ ਸੀਗਾ ਅਤੇ ਉਹ ਜਾਂ ਕੋਈ ਬੰਦਿਆਂ ਨੂੰ ਅਸਥਮਾ ਸੀ ਬਹੁਤ ਜ਼ਿਆਦਾ, ਜਾਂ ਕੋਈ ਟੀਵੀ ਦਾ ਮਰੀਜ਼ ਸੀਗਾ, ਇੱਦਾਂ ਦੇ ਕਈ ਜਿਹੜੇ ਕੇਸ ਸੀ ਉਹਨਾਂ ਨੂੰ ਛੇਤੀ ਉਹਨੇ ਆਪਣੀ ਜਕੜ 'ਚ ਲਿਆ ਕਰੋਨਾ ਨੇ। ਸਰ ਸਿੱਧੂ ਸਾਹਿਬ, ਤੁਸੀਂ ਬੜੇ ਸਮਝਦਾਰ ਆਦਮੀ ਹੋ, ਬੜੇ ਸਮਝਦਾਰ ਸਿਆਸਤਦਾਨ ਵੀ ਹੋ, ਜ਼ਿੰਮੇਵਾਰ ਨਾਗਰਿਕ ਹੋ ਤੁਸੀਂ। ਸਿੱਧੂ ਸਾਹਿਬ, ਤੁਹਾਨੂੰ ਵੀ ਪਤਾ ਕਿ ਸਾਡੇ ਮੁਲਕ ਦੇ ਵਿੱਚ ਕਿੰਨੇ ਲੋਕਾਂ ਨੂੰ ਕੋਈ ਨਾ ਕੋਈ ਤਾਂ ਬਿਮਾਰੀ ਹੈਗੀ ਆ। ਸਰ, 80-90% ਕੇਸ ਇਹੋ ਜਿਹੇ ਜਿਹਨਾਂ ਲੋਕਾਂ ਨੂੰ ਕੋਈ ਨਾ ਕੋਈ ਬਿਮਾਰੀ ਹੈਗੀ ਆ। ਜੇ ਤੁਸੀਂ ਟੀਬੀ ਦੀ ਗੱਲ ਕਰਦੇ ਹੋ, ਟੀਬੀ ਨਾਲ ਤਾਂ ਸਭ ਤੋਂ ਜ਼ਿਆਦਾ ਲੋਕ ਮਰਦੇ ਪਏ ਆ, ਫਿਰ ਇਹਦਾ ਮਤਲਬ ਅਸੀਂ ਇਹ ਕਹਿ ਕੇ ਆਪਦਾ ਪੱਲਾ ਛੁਡਾ ਲਵਾਂਗੇ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਸੀ, ਅਸੀਂ ਤਾਂ ਤੁਹਾਨੂੰ ਪਹਿਲਾਂ ਬਿਮਾਰੀਆਂ ਸੀ ਇਸ ਕਰਕੇ ਤੁਹਾਨੂੰ ਬਚਾ ਨਹੀਂ ਸਕੇ। ਨਹੀਂ ਕੇਪੀ ਜੀ, ਇਹ ਗੱਲ ਨਹੀਂ ਹੈਗੀ ਕਿ ਜਿਹੜੇ ਬੰਦੇ ਅਸਥਮਾ ਵਾਲੇ ਆ ਉਹਨਾਂ ਨੂੰ ਆਮ ਤੌਰ 'ਤੇ ਸਾਹ ਔਖਾ ਹੋਣ ਦੀ ਤਕਲੀਫ ਹੁੰਦੀ ਹੈ। ਉਹ ਬੰਦੇ ਇਹ ਗੱਲ ਨੂੰ ਫੋਲੋ ਨਹੀਂ ਕਰਦੇ ਕਿ ਸਾਨੂੰ ਸ਼ਾਇਦ ਸਾਡਾ ਅਸਥਮੇ ਦੀ ਬਿਮਾਰੀ ਅੱਜ ਹੈਗੀ ਆ, ਲੇਕਿਨ ਜਿਹੜਾ ਉਹ ਲੰਗਸ 'ਤੇ ਜਿਹੜਾ ਇਫੈਕਟ ਹੈ ਨਮੂਨੀਆ ਦਾ, ਬਹੁਤ ਛੇਤੀ ਇਹਨੇ ਇਸ ਕਰੋਨਾ ਵਾਇਰਸ ਨੇ ਅਟੈਕ ਕੀਤਾ, ਬਹੁਤ ਜਲਦੀ ਉਹਨੇ ਆਪਣੇ ਲਪੇਟ 'ਚ ਲੈ ਲਿਆ। ਹੁਣ ਭਾਈ ਨਿਰਮਲ ਸਿੰਘ ਖਾਲਸਾ ਨੂੰ ਸ਼ੂਗਰ ਵੀ ਸੀ, ਅਸਥਮਾ ਵੀ ਸੀਗਾ, ਅਤੇ ਉਹਨਾਂ ਨੂੰ ਬਿਲਕੁਲ ਪਹਿਲਾਂ ਆਪਣੇ ਡਾਕਟਰਾਂ ਕੋਲ, ਲੋਕਲ ਡਾਕਟਰਾਂ ਕੋਲ ਇਲਾਜ ਕਰਵਾਉਂਦੇ ਰਹੇ, ਫਿਰ ਗੁਰੂ ਰਾਮਦਾਸ ਹੋਸਪਿਟਲ ਜਾਂਦੇ ਰਹੇ। ਲੇਕਿਨ ਸਾਡੇ ਕੋਲ ਬਿਲਕੁਲ ਲਾਸਟ ਜਦੋਂ ਪੂਰੇ ਸਿੱਕ ਹੋਣ ਤੋਂ ਬਾਅਦ ਸਾਡੇ ਕੋਲ ਪਹੁੰਚੇ, ਉਦੋਂ ਕਾਫੀ ਉਹ ਬਿਮਾਰੀ ਅੱਗੇ ਲੰਘ ਚੁੱਕੀ ਸੀ। ਇਸ ਤਰ੍ਹਾਂ ਦੇ ਜਿਹੜੇ ਕੇਸ ਨੇ, ਹੁਣ ਬਲਦੇਵ ਸਿੰਘ ਸੀ ਜਿਹੜੇ ਪਠਲਾਵਾ ਦਾ ਸਭ ਤੋਂ ਪਹਿਲਾ ਕੇਸ ਹੋਇਆ ਨਵਾਂ ਸ਼ਹਿਰ ਦਾ, ਉਹਨਾਂ ਨੇ ਘੱਟੋ ਘੱਟ 12-13 ਦਿਨ ਬਾਹਰਲੇ ਹੋਸਪਿਟਲਾਂ 'ਚ ਛੋਟੇ ਮੋਟੇ ਡਾਕਟਰਾਂ ਕੋਲ ਇਲਾਜ ਕਰਵਾਉਂਦੇ ਰਹੇ। ਉਹ ਚੀਜ਼ ਜਿਹੜੀ ਆ ਨਾ ਅਕਾਊਂਟ ਕਰਦੀ ਹੈ। ਨਿਰਮਲ ਸਿੰਘ ਖਾਲਸਾ ਬਾਰੇ ਜਿਹੜੀ ਤੁਸੀਂ ਇਨਕੁਆਇਰੀ ਦੀ ਗੱਲ ਕਰ ਰਹੇ ਸੀ, ਕਿ ਉਹ ਇਨਕੁਆਇਰੀ ਪੂਰੀ ਹੋ ਚੁੱਕੀ ਹੈ? ਸਰ, ਨਹੀਂ, ਉਹ ਇਨਕੁਆਇਰੀ ਬਕਾਇਦਾ ਪ੍ਰੋਪਰ ਵੇ ਨਾਲ ਜਿਹੜਾ ਅਸੀਂ ਉਹਦਾ ਸਾਰਾ ਲੈਬ ਦੇ ਰਾਹੀਂ ਹੋਏਗੀ ਹੋ ਜਾਏਗੀ। ਔਰ ਅਸੀਂ ਇਹ ਸਾਡੇ ਸੀ ਐਮ ਸਾਹਿਬ ਨੇ ਇਕੱਲੀ ਉਹ ਇਨਕੁਆਇਰੀ ਨਹੀਂ, ਜਿੰਨੀਆਂ ਵੀ ਮੌਤਾਂ ਹੋਈਆਂ ਉਹਦਾ ਕੀ ਕਾਰਨ ਬਣਿਆ, ਕੀ ਕਿਉਂ ਹੋਈਆਂ, ਉਹ ਸਾਰਾ ਕੁਛ ਇਨਕੁਆਇਰੀ ਕਰਾ ਰਹੇ ਹਾਂ ਅਸੀਂ ਉਸ ਕੰਮ। ਜੀ, ਤੁਸੀਂ ਇਨਕੁਆਇਰੀ ਤਾਂ ਕਰਾ ਰਹੇ ਸਰ, ਪਰ ਨਤੀਜੇ ਤਾਂ ਤੁਸੀਂ ਪਹਿਲਾਂ ਦੱਸੀ ਬੈਠੇ ਨਾ ਵੀ ਅਸੀਂ ਇਹਨਾਂ ਨਤੀਜਿਆਂ 'ਤੇ ਪਹੁੰਚ ਚੁੱਕੇ ਹਾਂ। ਨਹੀਂ, ਪਹੁੰਚ ਚੁੱਕਿਆ, ਲੇਕਿਨ ਜਿਹੜਾ ਅਸਲੀ ਡਾਕਟਰ ਜਿਹੜਾ ਇਨਕੁਆਇਰੀ ਆ ਉਹਦਾ ਇੱਕ ਵੱਖਰਾ ਉਹਦੀ ਓਪੀਨੀਅਨ ਹੋਵੇਗੀ। ਡਾਕਟਰ ਆਪਣੇ ਜ਼ਿਆਦਾ ਇੱਕ ਹਿਸਟਰੀ ਕ੍ਰੀਏਟ ਕਰਨਗੇ ਤਾਂ ਕਿ ਅਸੀਂ ਅੱਗੇ ਵਾਸਤੇ ਵੀ ਚੇਤੰਨ ਹੋ ਜਾਈਏ ਵੀ ਸਾਨੂੰ ਆਹ ਚੀਜ਼ਾਂ ਪਹਿਲੇ ਸੁਝਾਉਣੀਆਂ ਚਾਹੀਦੀਆਂ ਨੇ। ਸਰ, ਕਿੰਨੀਆਂ ਲੈਬ 'ਚ ਟੈਸਟ ਹੋ ਰਿਹਾ, ਕਿੰਨੀ ਗਿਣਤੀ ਵਿੱਚ ਟੈਸਟ ਹੋ ਰਿਹਾ, ਅਤੇ
ਕਿੰਨੀ ਦੇਰ ਬਾਅਦ ਨਤੀਜਾ ਆ ਰਿਹਾ ਇਹ ਥੋੜਾ ਜਿਹਾ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ। ਉਹ ਗੱਲ ਇਦਾਂ ਹੈਗਾ ਕਿ ਆਪਣਾ ਕੇਪੀ ਜੀ ਇਸ ਵੇਲੇ ਸਾਡੇ ਕੋਲ ਸਰਕਾਰ ਦੇ ਤੌਰ ਤੇ ਇੱਕ ਇਮਟੈਕ ਚੰਡੀਗੜ੍ਹ ਦੇ ਵਿੱਚ, ਇੱਕ ਪੀਜੀਆਈ ਚੰਡੀਗੜ੍ਹ ਦੇ ਵਿੱਚ, ਪਟਿਆਲਾ, ਉਸ ਤੋਂ ਬਾਅਦ ਅੰਮ੍ਰਿਤਸਰ ਤੇ ਫਰੀਦਕੋਟ ਸਾਡੇ ਕੋਲ ਜਿਹੜੀਆਂ ਪੰਜ ਲੈਬ ਸਰਕਾਰੀ ਹੈਗੀਆਂ ਨੇ, ਇੱਕ ਸਾਡੇ ਕੋਲ DMC ਲੁਧਿਆਣਾ ਹੋ ਗਈ ਇਸ ਵੇਲੇ ਜਿਹੜੀ ਪ੍ਰਾਈਵੇਟ ਲੈਬ ਹੈ, ਇੱਕ ਲਾਲ ਪੈਥ ਵਾਲਿਆਂ ਦੀ ਲੈਬ ਸਾਡੇ ਕੋਲ ਆ ਗਈ ਹੈ, ਇੱਕ ਸਾਡੀ ਤੁੱਲੀ ਵਾਲਿਆਂ ਨਾਲ ਵੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ। ਇਹ ਜਿਹੜੀਆਂ ਲੈਬ 'ਚ ਹੈਗੀਆਂ ਨੇ ਜਦੋਂ 7-8 ਹੈਗੀਆਂ ਹੋ ਜਾਣੀਆਂ ਨੇ ਸਾਡੀ ਅਪਰੋਕਸੀਮੇਟਲੀ, ਜਿਹੜੀ ਆ ਮੈਂ ਹਿਸਾਬ ਲਾਇਆ ਕਿ ਜੇ ਪੂਰਾ ਪ੍ਰੋਪਰ ਕੰਮ ਹੋਣਾ ਸ਼ੁਰੂ ਹੋ ਗਿਆ 2,500 ਦੇ ਕਰੀਬ ਦਾ ਡੇਲੀ ਟੈਸਟ ਹੋਣਾ ਸ਼ੁਰੂ ਹੋ ਜਾਊਗਾ। ਸਰ ਨਤੀਜਾ ਕਿੰਨੀ ਦੇਰ ਵਿੱਚ ਆ ਰਿਹਾ, ਕਿੰਨੇ ਘੰਟਿਆਂ 'ਚ, ਕਿੰਨੇ ਦਿਨਾਂ 'ਚ? ਸੁਣੋ, ਜਿਹੜਾ ਅੱਜ ਰਿਜ਼ਲਟ ਜਾਏਗਾ ਉਹਦੇ ਕੱਲ੍ਹ, ਜਿਹੜਾ ਸ਼ਾਮ ਤੱਕ ਆਪਣੇ ਅਸੀਂ ਸਵੇਰ ਤੱਕ ਸ਼ਾਮ ਤੱਕ ਸੈਂਪਲਿੰਗ ਕਰਦੇ ਹਾਂ, ਰਾਤ ਨੂੰ ਅਸੀਂ ਜਿਹੜੇ ਉਹ ਟੈਸਟ ਦਿੰਦੇ ਹਾਂ, ਅਗਲੇ ਦਿਨ ਉਹ ਟੈਸਟ ਲੱਗਦੇ ਨੇ ਟਰਨ ਬਾਈ ਟਰਨ, ਔਰ ਇਹ ਆਲਮੋਸਟ ਆਪਣਾ 24 ਜਾਂ 36 ਘੰਟੇ ਸਾਨੂੰ ਰਿਜ਼ਲਟ ਮਿਲ ਜਾਂਦਾ। ਸਿੱਧੂ ਸਾਹਿਬ, ਇੱਕ ਪ੍ਰਾਈਵੇਟ ਹਸਪਤਾਲਾਂ ਬਾਰੇ ਬੜੇ ਸਵਾਲ ਆ ਰਹੇ ਆ ਕਿ ਪ੍ਰਾਈਵੇਟ ਹਸਪਤਾਲਾਂ ਬਾਰੇ ਸਰਕਾਰ ਆ ਜਿਹੜਾ ਉਹ ਸਖਤੀ ਨਾਲ ਫੈਸਲਾ ਨਹੀਂ ਕਰ ਪਾ ਰਹੀ। ਸਵਾਲ ਇਹ ਹੈ ਕਿ ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਓਵਰਟੇਕ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ? ਨਹੀਂ, ਦੇਖੋ, ਇੱਕ ਜਦੋਂ ਜੰਗ ਲੱਗਦੀ ਆ ਉਦੋਂ ਸਰਕਾਰ ਕੋਲ ਅਧਿਕਾਰ ਹੁੰਦਾ, ਚਾਹੇ ਜਿਹੜੀ ਮਰਜ਼ੀ ਕੋਠੀ ਖਾਲੀ ਕਰਾ ਲਵੇ, ਜਿਹੜਾ ਮਰਜ਼ੀ ਹਸਪਤਾਲ ਖਾਲੀ ਕਰਾ ਲਵੇ, ਅਤੇ ਲੇਕਿਨ ਅਸੀਂ ਹਾਲੇ ਉਹਨਾਂ ਨੂੰ ਤਾਂ ਇਸ ਕਰਕੇ ਨਹੀਂ ਕਰ ਰਹੇ, ਸਾਡੇ ਕੋਲ ਹਲੇ ਆਪਣਾ ਸਿਸਟਮ ਬਹੁਤ ਵਧੀਆ ਹੈਗਾ ਕਿ 5,000 ਪੇਸ਼ੈਂਟ ਸਾਡੇ ਕੋਲ ਆਈਸੋਲੇਸ਼ਨ ਵਾਰਡ ਹੈਗਾ, ਪਲੱਸ 1,00,000 ਬੰਦੇ ਨੂੰ ਅਸੀਂ ਕੁਆਰੰਟੀਨ ਕਰ ਸਕਦੇ ਹਾਂ, ਸਾਡਾ ਕੋਲ ਸਿਸਟਮ ਹੈਗਾ। ਪਰ ਜੇ ਅਸੀਂ ਉਹਨਾਂ ਨੂੰ ਵੀ ਟੇਕ ਓਵਰ ਕਰ ਲਿਆ ਤਾਂ ਜਿਹੜਾ ਉੱਥੇ ਟ੍ਰੀਟਮੈਂਟ ਚੱਲਦੇ ਨੇ ਉਹ ਕਈ ਵਾਰੀ ਲੋਕਾਂ ਦੇ ਬੰਦ ਹੋ ਜਾਣਗੇ, ਅਤੇ ਫਿਰ ਸਾਰਾ ਹੋਸਪਿਟਲ ਖਾਲੀ ਕਰਾਉਣਾ ਪਏਗਾ। ਜਿੱਥੇ ਕੋਵਿਡ ਦਾ ਪੇਸ਼ੈਂਟ ਆ ਗਿਆ ਉੱਥੇ ਦੂਸਰਾ ਪੇਸ਼ੈਂਟ ਨਹੀਂ ਆ ਸਕਦਾ, ਉਹਦੇ ਨਾਲ ਇਨਫੈਕਸ਼ਨ ਫੈਲੇਗੀ। ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਇਟਲੀ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਸਾਰੇ ਬੰਦੇ ਉੱਥੇ ਭਰਤੀ ਕਰਤੇ ਸੀ ਜਿੱਥੇ ਦੂਜੇ ਪੇਸ਼ੈਂਟ ਸੀਗੇ, ਉਹ ਦੂਸਰੇ ਪੇਸ਼ੈਂਟ ਵੀ ਇਨਫੈਕਟਡ ਹੋ ਗਏ, ਉਹ ਇਨਫੈਕਟਡ ਹੋਣ ਦੇ ਨਾਲ ਕੀ ਹੋਇਆ ਕਿ ਵੀ ਉੱਥੇ ਬਹੁਤ ਵੱਡੀ ਮਾਰਾਮਾਰੀ ਹੋ ਗਈ। ਅਤੇ ਅਸੀਂ ਇਹ ਚੀਜ਼ ਜਿਹੜਾ ਕੋਵਿਡ ਵਾਸਤੇ ਪੇਸ਼ੈਂਟ ਆਪਣਾ ਹੋਸਪਿਟਲ ਬਣਾਇਆ ਓਨਲੀ ਫਾਰ ਕੋਵਿਡ ਹੈ, ਉਹਦੇ 'ਚ ਦੂਸਰਾ ਪੇਸ਼ੈਂਟ ਕੋਈ ਐਡਮਿਟ ਨਹੀਂ ਕੀਤਾ ਜਾਂਦਾ। ਸਰ, ਇੱਕ ਸਵਾਲ ਪੰਜਾਬ ਦੇ ਲੋਕਾਂ ਦਾ, ਮੈਂ ਪੰਜਾਬ ਦੇ ਲੋਕਾਂ ਦਾ ਸਵਾਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਦੇ ਲੋਕ ਕਹਿੰਦੇ ਆ ਕਾਰਪੋਰੇਟ ਹਸਪਤਾਲਾਂ ਨੂੰ ਟੇਕ ਓਵਰ ਕਰਨ ਲੱਗਿਆ ਸਰਕਾਰ ਨੂੰ ਡਰ ਲੱਗਦਾ। ਨਹੀਂ, ਐਸੀ ਕੋਈ ਗੱਲ ਨਹੀਂ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਅਸੀਂ ਇੱਕ ਆਰਡੀਨੈਂਸ ਪਾਸ ਕੀਤਾ ਕਲੀਨਿਕਲ ਐਸਟੈਬਲਿਸ਼ਮੈਂਟ ਬਿੱਲ, ਜਿਹੜਾ ਹੁਣ ਅਸੀਂ ਲੈ ਕੇ ਆ ਜਿਹੜੀ ਲਾਸਟ ਕੈਬਨਿਟ ਦੇ ਵਿੱਚ, ਉਹਦਾ ਬਗੈਰ ਅੱਜ ਫਾਈਲ ਮੇਰੇ ਕੋਲ ਆਈ, ਉਹਦਾ ਨੋਟੀਫਿਕੇਸ਼ਨ ਹੁਣ ਜਾ ਰਿਹਾ। ਅਸੀਂ ਇਹਨਾਂ ਸਾਰਿਆਂ 'ਤੇ ਜਿਹੜਾ ਕੋਈ 57 ਅਤੇ ਜਿਹੜੇ 50 ਬੈੱਡ ਤੋਂ ਉੱਪਰ ਵਾਲੇ ਹੋਸਪਿਟਲ ਜਿੰਨੇ ਵੀ ਹੋਣਗੇ, ਉਹ ਸਰਕਾਰ ਦੇ ਬਗੈਰਾ ਇੱਕ ਰੈਗੂਲੇਟਰੀ ਅਥਾਰਟੀ ਹੋਏਗੀ, ਉਹਨਾਂ ਨੂੰ ਜਿਹੜੇ ਨੋਰਮਲ ਅਸੀਂ ਬਣਾਵਾਂਗੇ, ਰੂਲ ਬਣਾ ਕੇ ਦੇਵਾਂਗੇ ਕਿ ਉਹ ਬੰਦੇ ਓਵਰ ਚਾਰਜਿੰਗ ਜਾਂ ਕਿਸੇ ਬੰਦੇ ਨਾਲ ਕੋਈ ਵੀ ਉਸ ਤਰ੍ਹਾਂ ਦਾ ਨਹੀਂ ਕਰ ਸਕਣਗੇ, ਉਹਦਾ ਕੰਟਰੋਲ ਸਰਕਾਰ ਕੋਲ ਹੋਏਗਾ। ਸਰ, ਐਂਬੂਲੈਂਸਾਂ ਦੀ ਕਮੀ ਹੈ ਪੰਜਾਬ ਦੇ ਵਿੱਚ, ਜੇ ਐਂਬੂਲੈਂਸ ਪੂਰੀਆਂ ਤਾਂ ਡਰਾਈਵਰ ਨਹੀਂ ਹੈਗੇ, ਜੇ ਡਰਾਈਵਰ ਹੈਗੇ ਆ ਤਾਂ ਸਰ ਐਂਬੂਲੈਂਸ ਦੀ ਹਾਲਤ ਇਹੋ ਜਿਹੀ ਹੈ, ਜੇ ਕਹਿੰਦੇ ਤਾਂ ਸਰ ਵੀਡੀਓ ਵੀ ਤੁਹਾਨੂੰ ਭੇਜ ਦੇਵਾਂਗੇ, ਤੁਹਾਨੂੰ ਦਿਖਾ ਵੀ ਦੇਵਾਂਗੇ, ਜਦੋਂ ਪੇਸ਼ੈਂਟ ਉਹਦੇ ਵਿੱਚ ਬੈਠਣ ਤੋਂ ਇਨਕਾਰ ਕਰਦੇ ਆ ਅਤੇ ਜਦੋਂ ਝਾੜੂ ਫੇਰਿਆ ਜਾਂਦਾ ਐਂਬੂਲੈਂਸ ਦੇ ਵਿੱਚ, ਉਹਨਾਂ ਬਾਰੇ ਸਰ ਕੀ ਕਹੋਗੇ? ਇਹ ਵੀ ਸਿਹਤ ਅਮਲੇ ਦੀਆਂ ਨਾਕਾਮੀਆਂ ਸਰ, ਸਿਹਤ ਅਮਲੇ ਕੋਲ ਬੰਦੋਬਸਤ ਨਹੀਂ ਹੈਗੇ ਹੋ ਜੇ? ਕੇਪੀ ਜੀ, ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੀ ਐਂਬੂਲੈਂਸ ਹੈਗੀਆਂ ਨੇ ਸਾਡੀਆਂ ਆਊਟਸੋਰਸ 'ਤੇ ਹੈਗੀਆਂ ਨੇ, ਅਤੇ ਡਰਾਈਵਰੀ ਆਊਟਸੋਰਸ 'ਤੇ ਚਿਕਿਤਸਾ ਨਾਮ ਦੀ ਕੰਪਨੀ ਹੈਗੀ ਆ, ਅਸੀਂ ਉਹਦੀ ਕੱਲ੍ਹ ਦੀ ਬੜੀ ਖਿਚਾਈ ਕੀਤੀ ਹੋਈ ਹੈ ਕਿ ਤੁਸੀਂ ਬੜਾ ਕਿਹਦਾ, ਲੇਕਿਨ ਉਹ ਡਰਾਈਵਰ ਜਿਹੜਾ ਜੋ ਕਿਹਾ ਵੀ ਮੈਂ ਰਾਤ ਨੂੰ 11 ਵਜੇ ਆਇਆ ਸੀ ਜੀ, ਮੈਨੂੰ 4:30 ਵਜੇ ਫਿਰ ਉਠਾ ਕੇ ਭੇਜਦਾ ਗਿਆ ਕਿ ਮੈਂ ਉੱਥੋਂ ਚੱਲ ਕੇ ਇੱਥੇ ਪਹੁੰਚਿਆ, ਤਾਂ 6-7 ਵਜੇ ਉਹ ਪੇਸ਼ੈਂਟ ਦੇ ਬਾਹਰ 'ਚ ਖੜ੍ਹੇ ਵੀ, ਕਿਤੇ ਪੇਸ਼ੈਂਟ ਕਿਤੇ ਘਰੋਂ ਬਾਹਰ ਨਾ ਚਲਾ ਜਾਵੇ ਤਾਂ ਕਿ ਕੋਈ ਹੋਰ ਸਪਰੈਡਰ ਨਾ ਹੋਵੇ। ਲੇਕਿਨ ਉਹਦੀ ਬਕਾਇਦਾ ਇਨਕੁਆਇਰੀ ਅਸੀਂ ਖੋਲ੍ਹ ਦਿੱਤੀ ਗਈ ਹੈ ਔਰ ਉਸ ਕੰਪਨੀ ਨੂੰ ਪੈਨਲਾਈਜ਼ ਕਰ ਰਹੇ ਹਾਂ। ਔਰ ਦੂਜੀ ਗੱਲ, ਜਦੋਂ ਸਵਾਲ ਜਿਹੜੀ ਐਂਬੂਲੈਂਸ ਗੱਡੀਆਂ ਦਾ, ਉਹ ਅਸੀਂ ਹਾਲੇ ਸਾਡੀ ਪ੍ਰਪੋਜ਼ਲ ਅੰਡਰ ਪ੍ਰੋਸੈਸ ਸੀ ਨਵੀਆਂ ਗੱਡੀਆਂ ਪਾਉਣ ਦੀ, ਕਿ ਸਾਨੂੰ ਕੋਵਿਡ ਨਾਲ ਭੁੱਲਣਾ ਪੈ ਗਿਆ, ਅਤੇ ਉਹਨੂੰ ਹੌਲੀ ਹੌਲੀ ਅਸੀਂ ਹੁਣ ਇੰਪਲੀਮੈਂਟ ਕਰਾਵਾਂਗੇ। ਔਰ ਇਸ ਸਾਲ 'ਚ ਸਾਰੀਆਂ ਅਸੀਂ ਐਂਬੂਲੈਂਸ ਜਿੰਨੀਆਂ ਵੀ ਹੈਗੀਆਂ, ਪਿੱਛੇ ਅਸੀਂ 80 ਗੱਡੀਆਂ ਨਵੀਆਂ ਪਾਈਆਂ ਸੀਗੀਆਂ, ਲੇਕਿਨ ਹੁਣ ਅਸੀਂ 100 ਕੁਛ ਹੋਰ ਨਵੀਆਂ ਪਾਉਣ ਜਾ ਰਹੇ ਹਾਂ ਇਹ, ਪਰ ਲੇਕਿਨ ਉਹਨੂੰ ਥੋੜ੍ਹਾ 2-3 ਮਹੀਨਾ ਸਮਾਂ ਲੱਗੇਗਾ। ਚਲੋ, ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ ਸਿੱਧੂ ਸਾਹਿਬ, ਵਾਪਸ ਆ ਰਹੇ ਤੁਹਾਡੇ ਕੋਲ। ਸਵਾਲ ਨੰਦੇੜ ਸਾਹਿਬ ਤੋਂ ਵਾਪਸ ਆਈ ਸੰਗਤ ਦੇ ਮਾਮਲੇ ਵਿੱਚ, ਜਿਹੜੀ ਲਾਪਰਵਾਹੀ ਸਰਕਾਰ ਨੇ ਵਰਤੀ ਹੈ ਉਸ 'ਤੇ ਸਵਾਲ ਉੱਠ ਰਿਹਾ, ਅਤੇ ਸੰਗਤ ਉਹ ਕਹਿ ਰਹੀ ਹੈ ਕਿ ਸਾਨੂੰ ਇੱਥੇ ਪੂਰੇ ਬੰਦੋਬਸਤ ਨਹੀਂ ਕੀਤੇ ਗਏ ਸਾਡੇ ਲਈ, ਨਾ ਸਾਨੂੰ ਕੁਆਰੰਟਾਈਨ ਕਰਨ ਵੇਲੇ, ਆਈਸੋਲੇਸ਼ਨ ਕਰਨ ਵੇਲੇ ਸਾਨੂੰ ਸਹੂਲਤਾਂ ਦਿੱਤੀਆਂ ਗਈਆਂ, ਇਹੋ ਜਿਹੇ ਸਵਾਲ ਉੱਠਦੇ ਪਏ। ਇਹਨਾਂ ਸਵਾਲਾਂ ਦਾ ਜਵਾਬ ਸਿਹਤ ਮੰਤਰੀ ਕੀ ਦੇਣਗੇ, ਬ੍ਰੇਕ ਤੋਂ ਵਾਪਸ ਆ ਰਹੇ। ਸਵਾਲ ਇੱਕੋ ਪੁੱਛ ਰਹੇ ਹਾਂ ਅਸੀਂ, ਕੋਰੋਨਾ ਖਿਲਾਫ ਲੜਦੇ ਪੰਜਾਬ ਦੇ ਸਿਹਤ ਅਮਲੇ ਸਾਹਮਣੇ ਕਿਹੜੀ ਟੈਨਸ਼ਨ ਆ? ਸਿੱਧੂ ਸਾਹਿਬ, ਸੰਗਤ ਨੂੰ ਉੱਥੋਂ ਲੈ ਕੇ ਆਉਂਦਾ ਗਿਆ, ਉਸ ਤੋਂ ਪਹਿਲਾਂ ਕ੍ਰੈਡਿਟ ਵਾਰ ਬੜੀ ਹੋਈ ਹੈ, ਉਸ ਕ੍ਰੈਡਿਟ ਵਾਰ ਦੇ ਵਿਚਾਲੇ ਜਿਹੜੀ ਲਾਪਰਵਾਹੀ ਹੋਈ ਹੈ, ਉਹਦੇ ਦੇ ਲਈ ਕੋਈ ਜ਼ਿੰਮੇਵਾਰ ਹੈ
जो कोई जिम्मेवार है तो तुसी की कर रहे हो? देखो तुसी किस तरह की लापरवाही की गल कर रहे हो सर? लापरवाही सीधा सवाल है सिद्धू साहब, कई बिना क्वारंटाइन किए घर भेज दिता गया, कई आपके आस पास जाके लोगों को मिले आए हैं, तुहाडे को सारा डाटा हैगा सिद्धू साहब, मैं इसे करके उन्हें उलझना में नहीं पै रहा, मैं सीधा सवाल तुहानू कर रहा कित्थे लापरवाही हुई तो कार्रवाई की कर रहे हो सर? देखो के पी जी, पहली गल तो यह है कि भी जोड़े श्रद्धालु सके वो गए सके लॉकडाउन तो पहला तो गए हुए थे, ठीक है ना। साढ़े तो बहुत प्रैशर से परिवारों का तो प्लस पब्लिक का कि जी सानू उन्होंने उतों लिया जाए, ठीक है ना। असी उतों के जोड़ा चीफ मिनिस्टर महाराष्ट्र का, वो साढ़े सी एम साहब ने बड़ी वन टू वन गल की, लेकिन उन्होंने भी बड़ी कोशिश की कि ये चले जाए, पर सेंट्रल गवर्नमेंट तो परमिशन ना मिलने करके लंबा समा लग गया। पर जो असी उन्होंने लैके आए तो असी और 25 से 30 बंदे एक बस लेके आए तो 100 बस असी करीब उत्थे भेजी, और जेडे कुछ बंदे ये जे बंदे बसा च नहीं आए, लेकिन वो बंदे कोई अपने निजी वाहन लेके गए हुए थे जो तो टैक्सियां करके डायरेक्ट जोड़ा कि वह अपने इतने पंजाब एंटर कर गए तो अपने पिंड पहुँच गए। अस उन्होंने ट्रेस किया, ट्रेस करके शायद तो देखा होना कि सुरसिंह वाला पिंड जोड़ा है तो उतों 17 बंदे एको पिंड के गए थे, उन्होंने जोड़े 5 बंदे जोड़े कि असी ट्रेस किए 5 बंदे पॉजिटिव पाए गए, उन्होंने 3 बंदे खेम करन दे गए जिते तुसीं एंबूलेंस की गल करते हो कि असी उन्होंने भी ट्रेस करके सवेरे सवेरे 3 बंदे वो लैके आए तो वह भी पॉजिटिव पाए गए। 8 बंदे जोड़े कि इस तरह उतों जोड़े आए थे बगैर साढ़िया बसों तो आए, पर जो बसा वाले जिन्ने बंदे आए थे जो असी उतों मैं उतों के मंत्री ने भी गल की दसो साढ़े बंदा का तुम मेडिकल कोई टैसट किया है, वो कह रहे असी कोई टैसट नहीं किया, कोई सैंपल लिया कहते कोई नहीं लिया, असी सिर्फ तापमान चेक किया है। लेकिन असी उस टाइम असी मैं अपने सैकटरी को कहा कि इमीडिएटली फैसला लो, फटाफट डीसी सारा सतर्क करो कि जिन्या बसा आनगियां उन्होंने सारा बॉडर पर ही रोकया जाए, बॉडर तो रोकने तो बाद सीधा उन्होंने हॉस्पिटल लैके जाया जाए ऐसी जगह पर लिया जाए जिते उन्होंने तार के उन्होंने सारा तो टैसट करवा सके। अज तो दसना चाहना कि 7000 बंदा आ पिछले 3 दिन पंजाब एंटर होया, वो चाहे फाजिलका बार्डर तो साड़ी जी लेबर आई है जी राजस्थान गई हुई थी सरों बढ़ने वास्ते या हरियाणे से गई हुई थी, साढ़े जो स्टूडेंट गए हुए थे अपने कोटा तो वह भी आए हैं, प्लस साढ़े कोई 4000 के लागे छागे जोड़े बंदे साढ़े हजूर साहब से वह भी आए हैं, तो लेकिन ये सारा एकदम प्रैशर बन गया सरकार से। पर एक गल बड़ी परमात्मा की कृपा कि उन्होंने सारा असी एक जगह पर लै गए तो उतों असी उन्होंने जोड़े सिमटम वाले से सब के सैंपल ले गए, सैंपल ले जा रहे और उन्होंने तकरीबन 20% जो बंदे इनफेक्टेड निकल रहे हैं, उन्होंने सारा असं एसएस के बाहर शिफ्ट कर रहे हैं, और आने वाले 2-3 दिन से असं सारे सैंपलिंग कर लाँगे, टैसट कर लाँगे, और उस तो बाद असं उन्होंने बाइफरगेट तो कर ही रहे हैं कि जेडे उन्होंने सैग्रीगेशन करके जोड़े क्वारंटीन वाले बखरे तो जो आइसोलेशन वार्ड वाले बखरे, तो असी उन्होंने सारा 21 दिन तो पहला असं किसी घर नहीं भेजना ताकि पंजाब इस बीमारी का खलारा ना पवे। सिद्धू साहब तुम बहुत जिम्मेवारी ये बयान एक बार फिर इतने दे दो कि तुम किसी को भी पहला घर नहीं जान दिता, सारा क्वारंटाइन किया, उस तो बाद सैंपलिंग शुरू की, उस तो बाद जोड़े नतीजे आ रहे हैं करोना टैसट। मैं बिल्कुल क्लीयर कट गल कह रहा जिन्ना साडे कोल रिकॉर्ड हैगा, मेरे को जो यात्रियों का रिकॉर्ड भी हैगा जे तुहानू कहो तो मैं दे भी देना कढ के कि भी उहदे विच जिन्ने बंदे साडे बसां च आए ने उन्होंने असीं घरे नहीं जाण दित्ता, कोई की कहना इक्का दुक्का कितने उतर गया होवे, इहदा ड्राइवर भी नहीं जाण दित्ते, कंडक्टर भी नहीं घर जाण दित्ते, उन्हां नूं भी असीं सारिआं नूं क्वारंटाइन कीता होया है ते उन्हां नूं भी सारिआं दे सैंपलिंग कर रहे हैं। सर अमृतसर दे विच कोई 179 श्रद्धालु आ घरे नहीं गए? नहीं, गल ये हैगी अमृतसर के सुरसिंह वाला पिंड के कुछ लोग सीगे जिहड़े गए सीगे, लेकिन जिहड़े 179 तुसीं गल कर दे मैनूं नहीं पता किहड़े लोग ने, पर लेकिन जिहड़े जिन्ने बसा च लोग आ रहे बसा ने सब तो पहला जाके डिस्ट्रिक्ट हैडक्वार्टर पर रिपोर्ट की है डीसी ने, और वो डीसी ते उतों 600 के करीब जिहड़े बंदे अज भी साढ़े उत्ते अमृतसर के जिहड़े साढ़े कोल साढ़े अपने उत्ते होस्टल के विच हाजर ने इंस्टीट्यूट के विच। सर जिहड़े बसा ते ड्राइवर गए सी उन्हां कोले समान पूरा सीगा, दस्ताने पीपीए किट सारा कुछ समान पूरा सी अमले कोले?
पीपी किट का पाने की लड़ नहीं सी ड्राइवर और उत्थे कोई जे उतो कोई सिमटम होंगे तद ही पता लगता ना जे सानू महाराष्ट्र सरकार पहला इनफॉर्म कर देंगी तो असं चार मेडिकल टीम एडवांस भेज देंगे वो जाके उत्तों जो लक्षण वाले बंद बखरे कर दें दूजा बखरे कर दें और बहुत वधिया बसा असी भेजिया यही कि असं माड़िया बसा भेजिया अच्छिया बसा भेज के उगवाए सारी नाकामी सर महाराष्ट्र सरकार की है नहीं नाकामी ना समझो लापरवाही समझ लो पर लेकिन मैं एक गल जरूर कहूँगा कि उन्होंने जिमें असी पंजाब दे विच जे एंड के हिमाचल के होर जो जिन्हें भी लोग माइग्रेंट लेबर हैगी उन्होंने सारे प्रोपर जिस तरह पंजाब के लोगों असी प्रोसीजर राही उन्होंने असी क्वारंटाइन जो आइसोलेशन बाहर ले गए उन्होंने सारे कहना एक सर्टिफिकेट देकर तोड़ दिया कि भी ये बंदा नैगेटिव नहीं ये बंदा जान दे फिट हैगा तो वो असी कुड़ियाँ पाकिस्तान तो आई सी असं उन्होंने 28 दिन रखे अपने को उस तो बाद सर्टिफिकेट जारी करके उत्थे सरकार ने कहा तुम अपने बच्चों लेके जाओ जे एंड के और इस तरह असं हूँ सारे यूपी बिहार की सरकार सारी गलबात चल रही है कि तुम अपनी लेबर लिजाणियाँ लिजा सकते हो पर असं तुम्हें कह रहे असं मेडिकल टैसट करके देंगे सर महाराष्ट्र के उन्होंने टैसट होए थे देखो जी महाराष्ट्र सरकार ने कोई टैसट नहीं किया उन्होंने कोई सैंपल नहीं लिया सिंपल उन्होंने कहा जी असा तापमान गला चैक किया असं कोई टैसट नहीं मानते तो सर थ्योरी की कहती है मेडिकल साइंस की थ्योरी की कहती है जितों बंदा लिया जाता है तो जिथे बंदा पहुँचता उत्थे आकर टैसट होना चाहिए जितों बंदा लिया जाता उत्थे टैसट हो के फिर जिथे पहुँचता उत्थे टैसट होना चाहिए ये नहीं है हिंदुस्तान एक कंट्री है ईवन तुम जो बंदे साढ़े बहर के मुल्कों में बैठे ने उन्होंने जो बहरले गोरे भी इतने अपने को आए थे उन्होंने भी अभी क्वारंटाइन च रखिया इतने कहना होटलों क्वारंटाइन भी किया उन्होंने असं आइसोलेशन वार्ड से उन्होंने रखा है लेकिन उन्होंने असी असी किसी का कोई मतभेद नहीं किया लेकिन ये उन्होंने फर्ज बनता है कि उत्थे इन्होंने बकायदा सारे सैंपलिंग करते तो इन्होंने उत्थों बकायदा जो सोशल डिस्टेंस से वो वखरा इन्हों गाइड करते तो जो जो प्रिकॉशन लेने से उन्होंने कह लैन वास्ते कहेंगे ता कि आज सानू प्रॉब्लम ना आती पर असी साढ़े सूबे के वसनीक सके ये सानू लियाने साडा फर्ज बनता सी कि उन्होंने राइट है इतों के रहने वाले ने लेकिन ये जी सरकार ने उतों के लिए चाहिए सी कि इन्होंने सारा प्रोपर सैंपल करके सू लिस्ट बना के देन दे कि असी आ बंद भेजना तुम इन्होंने बंद के असी सैंपल नहीं ले तो असी उत्थे अपना सिस्टम अपना भी खड़ा कर लेना सीगा जथेदार अकाल तख्त साहब ने जो सवाल चुके है सरकार की लापरवाही से उनके बारे कुछ कहना चाहोगे सिद्धू साहब देखो जी मैं जथेदार साहब के खिलाफ कुछ नहीं बोलना चाहता अकाल तख्त मेरे वास्ते बहुत सुप्रीम है पर लेकिन मैं ये गल जरूर कहनी चाहगा कि जथेदार साहब ने जो ये कहा कि उत्थों बंदे बिल्कुल ठीक ठाक आए ने इतने शंका खड़ी कर दिया भी ये बंदे पॉजिटिव है नहीं गए लेकिन ये गल दे मैं नाल सहमत नहीं हाँ मेरा मेरा मेरे मन च बहुत सतार है बीमारी अपनी जगह पर है धर्म अपनी जगह पर है असं दोनों कदे भी इस तरह जुड़ के नहीं देख सकते पर जथेदार साहब बहुत जिम्मेवार पोस्ट पर बैठे ने उन्होंने ये गल नहीं कहनी बनती जो कोई बंदा बीमार होता बीमारी किसी को देख के नहीं आती किनू आनी है इनफेक्शन हो सकता वो उतों लैके आया राह तो लैके आया इनफेक्टेड तो है जेकर सरकार उन्होंने ना अपना उन्होंने टैसट करे या सैंपल लवे कल ये लोग पब्लिक चले जाते तो किन्नी स्प्रैड होना से कि बड़ा नुकसान दे अपने सूबे का हो सकता है तुम कह रहे हो कि कंट्रोल कर लिया सारे क्वारंटाइन किया हो आइसोलेशन है साढ़े को सारे टोटल डिस्ट्रिक्टां दे सारे कंट्रोल खुले रखे हुए हैं बिल्कुल कोई इदा दी प्रॉब्लम नहीं परमात्मा करे सानू हिम्मत और ताकत बख्शे असीं ठीक करांगे सारे नूं मैं वार वार सर तुहाडे तों स्टेटमेंट लै रहा सिद्धू साहब पंजाब दे लोकां नूं पंजाबियां नूं कोई शक नहीं रहना चाहिए तुहाडे बयान ते हाँ जी मेरे बयान से कहनी कथन जी कोई फर्क नहीं ना सूबे के मुख्यमंत्री जी कदे पहला कदे होया ते ना होएगा साडी सरकार पूरे शिद्दत दे नाल पूरा प्रशासन पूरी डॉक्टरी टीमां ईवन पुलिस प्रशासन तुहाडे सामने देखिया किदा पुलिस वाले दी साडे दी बाह कट्टी गई फिर किड्डी उहने बहादुरी अपना हथ चक के लैके गया तो अज कल होस्पिटल डिस्चार्ज होया कि हर बंदा काम कर रहा ठीक है कई जगह पर जो तुम एड्डी वड्डी लड़ाई लड़ रहे होंगे हो पूरे संसार की लड़ाई लड़ी जा रही है उत्थे कुटाइयां हो जांदियां ने पर असी ये कहने भी असी परमात्मा करे भगवान करे सानू ताकत बख्शी इन्हों सारा जल्दी ठीक करिए सिद्धू साहब एक ब्रेक से जाने तो पहले मैं एक सवाल तुहाडे तों लैणा चाहुंदा तुसीं कह रहे हो साडे सारे बंदोबस्त पूरे है आ बरनाला तो साडे कोल खबर आई है PRTC बसां दे ड्राइवर जिहड़े उत्थे गए सी कहिंदे सानू क्वारंटाइन कीता होया पर सानू उत्थे बंदोबस्त पूरे नहीं ना सानू खाणा मिल रिहा ढंग दा ना कुछ मिल रिहा हजे खबर सर ऑन एयर होनी है साडे चैनल ते इह मेरे कोल आ गई है मैं पहले तुहाडे नाल सांझी कर रिहा गल ये है कि मैं थोड़े सामने डॉक्टर GG सिंह उत्ते SCMO है
मैं ये डीसी साहब बरनाले नूं हुणे गल करदा वी तुसीं इह क्यों कितें कोई हल कभी है जी। मैं तुहानूं पहलां कह रहा लड़ाई जदों लड़दे आ लड़ाई कदे ना कदे कोई माड़े मोटियां उन्नी निक्की हो जांदियां ने, पर इह नहीं कि वी पूरी लड़ाई लापरवाही वरत जावे। असीं पूरे अपने वल्लों डॉक्टर भी पूरे जान जी तोड़ के काम कर रहे हैं, असीं भी कर रहे हैं तुहाडे सामने। मैं कोई सवेर का घट्टो घट भी तुहाडे 10 चैनल से मेरी इंटरव्यू हो चुकी है, उदों बाद मीटिंगां भी ने सारा काम भी देखना है। लेकिन तुसीं एक जिहड़ा अज सारे पोलिटिकल पार्टियों मेरी खास तौर पर अपील है कि एक पॉजिटिव रोल प्ले करो, लोगों को इस गल अवेयर करो कि तुसीं सोशल डिस्टेंस बना के रखो, बाहर जाने को परहेज करो, तो अपना दूसरा जिहड़ा हैगा कि भी जिन्ना भी तुसीं बचा सकते हो अपने आप को बचाओ। चलो एक होर छोटा ब्रेक लूंगा, ब्रेक तो वापस आ रहे हैं। सिद्धू साहब आखिरी हिस्से में असं होवे विरोधी सेहत मंत्री का अस्तीफा क्यों मांग रहे हैं, सवाल इन्हों भी होगा जरूर बलबीर सिंह सिद्धू साहब न अस्तीफा विरोधी क्यों मांगते, अस्तीफा मांगने वाली सियासत की कहती हैगी है, सवाल यह भी है कि नशे के मामले जिहड़ा पंजाब ते हमेशा वार वार सवाल उठता है, उस मामले में करोना के करफ्यू के नाल कितनी ठल पई है। सिद्धू साहब बहुत वड्डे दावे करते हैं, ब्रेक तो वापस आके इन्हों तो सवाल होगा जरूर। करोना खिलाफ लड़ते पंजाब के सेहत अमले सामने कड़ी टेंशन। सिद्धू साहब जी विरोधी थोड़े का अस्तीफा मांगते पे आ, सिद्धू साहब कहते अस्तीफा दे दो दसो, कहते नाकाम है सिद्धू साहब, डैथ रेट इतने ज्यादा, इलाज कर नहीं पा रहे, सेहत अमले को समान है नहीं, बहुत इल्जाम लाए सर उन्होंने। सिद्धू साहब तुम रोज़ सुनते हो, मेरे मुँह क्यों सुन रहे हो? देखो के पी जी गल इदा हैगी कि पहली गल तो विरोधियों ने मंगने वास्ते अधिकार ही नहीं है, ठीक है ना, ना उन्हें मैनू मंत्री बनाया तो ना वो मेरे कोई बॉस ने, मेरा बॉस कैप्टन अमरिंदर सिंह है, मेरा बॉस श्रीमती सोनिया गांधी है। और दूजी गल मैनू जिहड़ा इन्हां तों कोई सर्टिफिकेट लैण की जरूरत नहीं, इस गल का सर्टिफिकेट पंजाब के लोग इस गल का सबूत ने कि असी 1.5 महीने जो लड़ाई लड़ी है किस तरीके लड़ी है और किवें पंजाब नूं कंगाल करके छड्ड के गए सी, ते असी किवें पंजाब नूं मुड़ के लीह ते लैके आंदा, तो किवें असी आ सेंटर की एक पैसे की एड तो बिना असी किवें अपनी लड़ाई लड़ रहे हैं। और अज भी असी सवेरे बड़ा वड्डा प्रोटेस्ट सारे ने झंडे चाकर लहरा के किया कि असी भी एक हिंदुस्तान का हिस्सा, असी भी हिंदुस्तान वास्ते बड़िया कुर्बानियां कीतिया ने कि साडे दे नाल मतरी मां विकराकिया हो रहा है। तो मैं इसलिए कहना चाहना कि जे मेरे काम काम च कमी आ, कोई मेरी कोई नुक्स है तो मैं फिर अस्तीफा देव, पर जे मेरिया टीमों की कमी है तो यह गल हो। लेकिन जी महामारी कले पंजाब या कले हिंदुस्तान समुचे संसार की लड़ाई है, इस लड़ाई से इन्होंने लोग ये लोग अपनी सियासत करते हैं। अज ये सियासत करने तो पहला इन्होंने की कुरबानी की है, जी इन्होंने बरगाड़ी कांड कुरबानी की है, जहाँ ने कुरबानी की है, जो उदो इन्होंने क्यों नहीं अस्तीफे दते। दूजी गल यह है कि मैं जानता, मेरा परमात्मा जानता कि अस दिन रात मेहनत करके लोगों की सेवा कर रहे हैं, साड़ी सरकार सेवा कर रही है। ठीक है सिद्धू साहब, एक सवाल का मैंने ये भी दस दो, तुसी कह रहे हो कि जो नौजवान है साडा नशा छड्डन लई तुहाडे कोल आ रहा, तुसी बहुत वड्डे अंकड़े भी दस दिते सीगे, कहे तुसी 30,000 कह रहे हो, कहे तुसी 60,000 कह रहे हो। नहीं जी नहीं, तुहानू मैं दसना चाहुंदा के पी जी जिहड़ा इस वेले साडा अंकड़ा वो असी तकरीबन साडा कोल 3,87,000 पहला नौजवान जिहड़े सीगे रजिस्टर सीगे जिहड़े साडे कोल दवाई लैंदे सीगे बुप्रोनॉर्फिन, लेकिन अज साडा वो अंकड़ा 4,70,000 नूं क्रॉस कर चुके हैं। और मैं कह दिंदा भी 83,000 बच्चा साडे कोल नवा जिहड़ा हीरोइन ते सी जां होर नशां ते सी उह इहदे च ट्रीटमेंट च ऐड हो चुका है। मैं इहदे लई उहनां पेरेंट्स नूं उहनां बच्चे नूं बधाई देनी चाहुंदा, और मैं बकायदा तुहाडे लई अपील भी करनी चाहुंदा, एक बड़ा गोल्डन मौका है कि इस मौके ते असीं अपने पंजाब दे बच्चां नूं असी बचा सके हैं। और दूजी गल साडी यूथ कांग्रेस वल्लों बकायदा काउंसलिंग दी, और जिहड़े वोट सेंटर के बाहर जाके उन्हां सारे बच्चों नाल गलबात करनगे, असी चाहुंदे आ भी देखो 2017 तरीक तक जिहड़ा लॉकडाउन लगे वधिया होया, असी 1,00,000 का अंकड़ा पार करांगे, और असी पंजाब साढ़े सूबे के मुख्यमंत्री साहब ने नशा मुक्त करन दा जो वचन लोगों कीता सी उहनूं पूरा करके दिखावांगे। सिद्धू साहब शराब दे नाल इस वायरस का कोई तल्लक हैगा कि शराब ज़्यादा पीने वाले वायरस ठीक हो सकता, WHO जां कोई होर संस्थावां हैगियां जां साडे वड्डियां वड्डियां मैडिकल साइंस दीआं जिहड़े वड्डे वड्डे विज्ञानी हैगे डॉक्टर हैगे आ उह इस नूं नकार चुके आ, तुसीं इस बारे कोई कमेंट करना चाहुंदे हो बतौर सेहत मंत्री? शराब का कोई तल्लक नहीं, शराब कोई मेडिसिन नहीं हैगी, ये शराब के नाल कोई थोड़ा कोविड ठीक होगा ये गलत भुलेखा है। ठीक है एक सर चिट्ठी है मेरे को राजस्थान तो भरत सिंह कुंदनपुर है, शायद तुहानूं नहीं पता होगा,
ਭਰਤ ਸਿੰਘ ਕੁੰਦਨਪੁਰ ਹੈ ਤੁਹਾਡੇ ਵਿਧਾਇਕ ਤੁਹਾਡੀ ਪਾਰਟੀ ਦੇ ਸੰਗੋਤ ਤੋਂ ਉਹ ਮੁੱਖ ਮੰਤਰੀ ਨੂੰ ਚਿੱਠੀ ਲਿਖਦੇ ਆ ਕਹਿੰਦੇ ਵੀ ਸ਼ਰਾਬ ਪੀਣ ਦੇ ਨਾਲ ਗਲੇ ਦਾ ਵਾਇਰਸ ਸਾਫ਼ ਹੋ ਜਾਵੇਗਾ ਇਹਨਾਂ ਤੇ ਕੋਈ ਕਮੈਂਟ ਕਰਨਾ ਚਾਹੋਗੇ ਸਿੱਧੂ ਸਾਹਿਬ ਤੁਹਾਨੂੰ ਇਹ ਪਤਾ ਵੀ ਜਿਹੜਾ ਜਿਹੜਾ ਸਾਡੇ ਗਾਂਧੀ ਜੀ ਸੀ ਉਹਨਾਂ ਨੇ ਕਿਹਾ ਸੀ ਭੁੱਖੀ ਦੀ ਖੇਤੀ ਹੋਣੀ ਚਾਹੀਦੀ ਆ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਕੁਛ ਲੋਕ ਉਹਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਉਹਦੇ ਨਾਲ ਸਾਡੀ ਪਾਰਟੀ ਸਹਿਮਤ ਨਹੀਂ ਹੈ ਅੱਛਾ ਸਿੱਧੂ ਸਾਹਿਬ ਸ਼ਰਾਬ ਮਾਫੀਆ ਪੰਜਾਬ ਦੇ ਵਿੱਚ ਹੈ ਦੇਖੋ ਗੱਲ ਇੱਦਾਂ ਹੈਗੀ ਆ ਕਿ ਮੈਂ ਕਹਿੰਦਾ ਵੀ ਜਦੋਂ ਹਿਰਨ ਮਾਫੀਆ ਸੀਗਾ ਸਭ ਕੁਛ ਸੀਗਾ ਲੇਕਿਨ ਅੱਜ ਦੀ ਡੇਟ ਸਾਰੀਆਂ ਚੇਨਾਂ ਟੁੱਟੀਆਂ ਹੋਈਆਂ ਨੇ ਬੁਰੀ ਤਰ੍ਹਾਂ ਔਰ ਜੇ ਕੋਈ ਬੰਦੇ ਜਿਹੜਾ ਦੇਖੋ ਜਿਹੜੇ ਬੰਦੇ ਕ੍ਰਾਈਮ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਆਪਣਾ ਉਹਦੀ ਡੇਗਾ ਕ੍ਰਾਈਮ ਕਰਨ ਚ ਹੁੰਦੀ ਆ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪੰਜਾਬ 'ਚ ਅਸੀਂ ਬਹੁਤ ਸਾਰੀਆਂ ਦੁਕਾਨਾਂ ਵੀ ਸੀਲ ਕੀਤੀਆਂ ਨੇ ਜਿਨ੍ਹਾਂ ਨੇ ਇਸ ਬਿਮਾਰੀ ਦੀ ਓੜ ਦੇ ਵਿੱਚ ਲੋਕਾਂ ਤੋਂ ਫਾਲਤੂ ਚਾਰਜ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੂੰ ਅਸੀਂ ਲੋਕਅਪ ਵੀ ਕੀਤਾ ਹੈਗਾ ਸਰ ਤੁਹਾਡੇ ਵਿਰੋਧੀ ਇਹ ਕਹਿੰਦੇ ਆ ਸਿੱਧੂ ਸਾਹਿਬ ਉਹਨਾਂ ਦਾ ਸਵਾਲ ਜ਼ਰੂਰ ਲੈਣਾ ਬਣਦਾ ਉਹ ਕਹਿੰਦੇ ਆ ਕਿ ਪਾਸ ਬਣਾ ਬਣਾ ਕੇ ਸ਼ਰਾਬ ਮਾਫੀਆ ਨੂੰ ਅਗਾਂਹ ਵਧਾਇਆ ਜਾ ਰਿਹਾ ਇਸ 'ਤੇ ਕੋਈ ਕਮੈਂਟ ਕਰਨਾ ਚਾਹੋਗੇ ਤੁਸੀਂ ਸਿੱਧੂ ਸਾਹਿਬ ਬਿਲਕੁਲ ਗਲਤ ਕਹਿ ਰਹੇ ਨੇ ਜੇ ਉਹਨਾਂ ਕੋਲ ਕੋਈ ਪ੍ਰੂਫ ਹੁੰਦਾ ਤਾਂ ਉਹ ਸ਼ੋਅ ਕਰਨਾ ਉਹ ਠੀਕ ਹੈ ਨਾ ਤੇ ਜਿਹੜਾ ਕੋਈ ਬੰਦਾ ਉਹਨੇ ਨੌਲੇਜ ਹੈਗਾ ਲਿਆਉਣਾ ਤੇ ਉਹਦੇ ਤੇ ਆਪਾਂ ਮਿੰਟੋ ਮੰਟੀ ਪਰਚਾ ਕਰਾ ਦਾਂਗੇ ਚਲੋ ਮੈਂ ਕੋਈ ਸਿਆਸੀ ਸਵਾਲ ਤੁਹਾਡੇ ਤੋਂ ਲੈਣੇ ਸੀਗੇ ਹੁਣ ਮੈਂ ਸਿਹਤ ਮਹਿਕਮੇ ਬਾਰੇ ਕੋਈ ਸਵਾਲ ਲੈਣੇ ਆ ਫਿਰ ਤੁਹਾਨੂੰ ਮੈਂ ਰੋਕੂੰਗਾ ਜ਼ਰੂਰ ਇਹ ਹਰ ਛੋਟੇ ਵੱਡੇ ਹਸਪਤਾਲ ਦੇ ਵਿੱਚ ਲਿਖ ਕੇ ਲਾਇਆ ਹੋਇਆ ਕਿ ਇੱਥੇ ਦਵਾਈ ਮੁਫਤ ਮਿਲਦੀ ਹੈ ਟੈਸਟ ਮੁਫਤ ਮਿਲਦੇ ਆ ਦਵਾਈ ਉੱਥੇ ਮੁਫਤ ਮਿਲ ਰਹੀ ਹੈ ਸਰ ਟੈਸਟ ਮੁਫਤ ਹੋ ਰਹੇ ਆ ਮੈਂ ਕਰੋਨਾ ਦੀ ਗੱਲ ਨਹੀਂ ਕਰ ਰਿਹਾ ਸਰ ਕਰੋਨਾ ਦੀ ਮੈਂ ਵੱਖਰਾ ਸਵਾਲ ਕਰੂੰਗਾ ਸੁਣੋ ਮੇਰੀ ਗੱਲ ਜਿਹੜੀ ਮੈਡੀਸਨ ਹੈ 80-90% ਜਿਹੜੀ ਮੈਡੀਸਨ ਸਾਡੇ ਕੋਲ ਜਿਹੜੀਆਂ ਹੁੰਦੀਆਂ ਨੇ ਉਹ ਤਕਰੀਬਨ ਅਵੇਲੇਬਲ ਨੇ ਹਸਪਤਾਲ ਦੇ ਵਿੱਚ ਮੈਨੂੰ ਬਹੁਤ ਸਾਰੇ ਬੰਦੇ ਫੋਨ ਕਰਦੇ ਕਿ ਮੇਰੀ ਫਲਾਣੀ ਕੈਂਸਰ ਦੀ ਦਵਾਈ ਮੁੱਕੀ ਹੋਈ ਆ ਮੈਨੂੰ ਦਵਾਈ ਜਾਵੇ ਲੇਕਿਨ ਮੈਂ ਤੁਹਾਨੂੰ ਗੱਲ ਗਰੰਟੀ ਨਾਲ ਕਹਿ ਸਕਦਾ ਕਿ ਜਦੋਂ ਤੋਂ ਮੇਰੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਮਹਿਕਮਾ ਆਇਆ ਮੈਂ ਇੱਕ ਦਿਨ ਵੀ ਸਾਰੇ ਹਸਪਤਾਲਾਂ ਦੀ ਗਰੰਟੀ ਕੀਤੀ ਹੈ ਕਿ ਮੈਡੀਸਨ ਦੀ ਕਦੇ ਥੋੜ੍ਹ ਨਹੀਂ ਆਵੇਗੀ ਔਰ ਠੀਕ ਹੈ ਕਈ ਮੈਡੀਸਨ ਜਿਹੜੀਆਂ ਪਿੱਛੋਂ ਨਹੀਂ ਆਉਂਦੀਆਂ ਸਟਾਕ 'ਚ ਨਹੀਂ ਹੁੰਦੀਆਂ ਲੇਕਿਨ ਉਹਨਾਂ SMO ਨੂੰ ਅਸੀਂ ਪਾਵਰਾਂ ਦਿੱਤੀਆਂ ਨੇ ਕਿ ਤੂੰ ਇਹ ਜਿਹੜੀ ਮੈਡੀਸਨ ਹੈ ਬਾਹਰੋਂ ਬਾਜ਼ਾਰ 'ਚੋਂ ਆਪ ਖਰੀਦ ਕੇ ਦੇਂਗਾ ਨਾ ਕਿ ਆਪਣਾ ਪੇਸ਼ੈਂਟ ਦਾ ਖਰੀਦੂਗਾ ਜਿੱਥੇ ਸਾਡੀ ਨੌਲੇਜ 'ਚ ਕੋਈ ਕੇਸ ਆਇਆ ਅਸੀਂ ਕਈ ਬੰਦੇ ਡਾਕਟਰਾਂ ਨੂੰ ਵਾਰਨਿੰਗ ਦਿੱਤੀ ਹੈ ਅਤੇ ਕਈਆਂ ਨੂੰ ਐਕਸਪੀਰੀਅੰਸ ਕੱਲ੍ਹ ਜਾਰੀ ਕੀਤੀ ਹੈ ਔਰ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਕੀਤੀ ਹੈ ਸਿੱਧੂ ਸਾਹਿਬ ਜਿਨ੍ਹਾਂ ਨੂੰ ਅੱਜ ਅਸੀਂ ਫਰਿਸ਼ਤੇ ਦੱਸਦੇ ਪਏ ਹਾਂ ਉਹ ਫਰਿਸ਼ਤੇ ਕਦੇ ਟੈਂਕੀਆਂ ਤੋਂ ਛਾਲਾਂ ਵੀ ਮਾਰਦੇ ਹੁੰਦੇ ਸੀਗੇ ਉਹਨਾਂ ਦੀਆਂ ਮੰਗਾਂ ਅੱਜ ਤੱਕਰ ਵੀ ਅਧੂਰੀਆਂ ਹੈਗੀਆਂ ਕੁਝ ਪੂਰੀਆਂ ਕੀਤੀਆਂ ਤੁਸੀਂ ਇੱਕ ਜਿਹੜਾ ਵਾਰ ਵਾਰ ਮੰਗ ਉੱਠਦੀ ਹੈ ਕਿ ਸਿਹਤ ਅਮਲੇ ਦੀਆਂ ਤਨਖਾਹਾਂ ਜਿਹੜੀਆਂ ਉਹ ਵਧਾਈਆਂ ਜਾਣ ਇਸ ਦੌਰ ਦੌਰਾਨ ਅਤੇ ਕਿਉਂਕਿ ਬਾਕੀ ਕਈ ਸੂਬਿਆਂ ਨੇ ਇਸ ਬਾਰੇ ਕੰਮ ਕੀਤਾ ਤੁਸੀਂ ਉਹਨਾਂ ਬਾਰੇ ਕੁਝ ਸੋਚਿਆ ਸਰ ਹੋਰ ਤੁਹਾਨੂੰ ਸਾਹਿਬ ਨਾ ਪਤਾ ਹੋਵੇ ਕਿ ਅਸੀਂ ਜਿਹੜਾ ਥੋੜ੍ਹੇ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਸਾਡਾ MD ਜਿਹੜਾ NHO ਵੀ ਸੀਗਾ ਕਿ 15,000 ਜਿਹੜਾ ਮੁਲਾਜ਼ਮ ਕੰਟਰੈਕਟ ਬੇਸ 'ਤੇ ਲੱਗਿਆ ਹੋਇਆ 15,000-15,500 ਉਹਨਾਂ ਸਾਰਿਆਂ ਨੂੰ ਅਸੀਂ 18% ਦਾ ਇਨਸੈਂਟਿਵ ਦਿੱਤਾ ਇਸ ਸਾਲ ਦੇ ਵਿੱਚ 18% ਦਾ ਵਾਧਾ ਕੀਤਾ ਠੀਕ ਹੈ ਤੁਸੀਂ 9,000 ਤੋਂ 15,000 ਕੋਈ ਆਪਦਾ ਇੰਟਰਨਸ਼ਿਪ ਅਪ੍ਰੈਂਟਿਸਸ਼ਿਪ ਦਾ ਵੀ ਵਧਾਇਆ ਹੈਗਾ ਸਵਾਲ ਇਹ ਹੈ ਸਰ NHM ਦੇ ਸਟਾਫ ਅਤੇ ਪੱਕੇ ਸਟਾਫ ਦੀ ਤਨਖਾਹ ਵਿੱਚ ਬਹੁਤ ਫਰਕ ਹੈਗਾ ਨਹੀਂ ਉਹ ਜਿਹੜੇ ਉਹ ਕਮਿਸ਼ਨ 'ਚ ਭਰਤੀ ਹੋਏ ਸੀਗੇ ਲੇਕਿਨ ਉਹ ਹਰ ਸਾਲ ਦੇ 6% ਦੀ ਇਨਕਰੀਜ ਹੁੰਦੀ ਹੈ ਠੀਕ ਹੈ ਨਾ ਉਹ ਮਿਸ਼ਨ 'ਚ ਜਿਹੜਾ ਹੈਗਾ ਉਹ ਸਾਨੂੰ ਉਹ ਮਿਸ਼ਨ ਦੇ ਵਾਸਤੇ ਉਹ ਵੱਖਰਾ ਕੇਡਰ ਹੈ ਪਰ ਉਹਨਾਂ ਬੱਚਿਆਂ ਨੂੰ ਅਸੀਂ ਜੇ ਉਹਨਾਂ ਰੈਗੂਲਰ ਭਰਤੀ 'ਚ ਵੀ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਬਹੁਤ ਸਾਰੇ ਬੱਚੇ ਰੈਗੂਲਰ ਭਰਤੀ 'ਚ ਵੀ ਆ ਗਏ ਅਤੇ ਮੁੜ ਕੇ ਉਹ ਰੈਗੂਲਰ ਇੰਪਲਾਈ ਪੰਜਾਬ ਗੌਰਮੈਂਟ ਵੀ ਬਣ ਚੁੱਕੇ ਨੇ ਇੱਕ ਸਰ ਤੁਸੀਂ ਘਰ ਘਰ ਜਾ ਕੇ ਤੁਸੀਂ ਸਰਵੇ ਕਰਵਾ ਰਹੇ ਹੋ ਉਸ ਸਰਵੇ ਦਾ ਸਰ ਕੋਈ ਮਤਲਬ ਹੈਗਾ ਜਿਹੜਾ ਸਟਾਫ ਤੁਹਾਡਾ ਜਾ ਰਿਹਾ ਉਹ ਸਿਰਫ ਏਜ ਪੁੱਛਦਾ ਪਿਆ ਘਰ ਦੇ ਮੈਂਬਰ ਪੁੱਛਦਾ ਪਿਆ ਅਤੇ ਪੁੱਛ ਰਿਹਾ ਵੀ ਕਿਸੇ ਨੂੰ ਕੋਈ ਖਾਂਸੀ ਬੁਖਾਰ ਤਾਂ ਨਹੀਂ ਕੋਈ ਆਪਦੇ ਆਪ ਤਾਂ ਦੱਸਦਾ ਹੀ ਨਹੀਂ ਪਿਆ ਸਰ ਨਹੀਂ ਇੱਦਾਂ ਦੇਖੋ ਗੱਲ ਇਹ ਹੈਗੀ ਹੈ ਜਿਹੜੇ ਸਾਡੇ ਆਸ਼ਾ ਵਰਕਰ ਨੇ ਜਾਂ ਸਾਡੇ ਜਿਹੜਾ ਮਲਟੀ ਪਰਪਜ਼ ਹੈਲਥ ਵਰਕਰ ਨੇ ਉਹਨਾਂ ਨੂੰ ਅਸੀਂ ਕਿਉਂ ਸਰਵੇ ਕਰਨ ਵਾਸਤੇ ਭੇਜਦੇ ਹਾਂ ਕਿ ਜੇ ਸਾਡੇ ਬਾਈ ਦੀ ਵੀ ਕੋਈ ਬੰਦੇ ਜਿਸ ਤਰ੍ਹਾਂ ਕੋਈ ਬੰਦਾ ਰਹਿ ਜਾਂਦਾ ਉਹ ਉਹਨੂੰ ਥੋੜ੍ਹੇ ਬਹੁਤ ਸਿਮਟਮ ਹੋਣ ਖਾਂਸੀ ਬੁਖਾਰ ਜ਼ੁਕਾਮ ਹੋਵੇ ਇਹ ਨਾ ਹੋਵੇ ਕਿ ਉਹਨੂੰ ਸਿੰਪਲ ਵਾਇਰਲ ਸਮਝ ਕੇ ਉਹ ਬੰਦਾ ਦਵਾਈ ਨਾ ਲਵੇ ਵੀ ਲੈਂਦਾ ਰਹੇ ਲੇਕਿਨ ਉਦੋਂ ਬਾਅਦ ਉਹ ਕਰੋਨਾ ਵਾਇਰਸ ਦਾ ਪੋਜ਼ਿਟਿਵ ਹੋ ਜੇ ਉਹ ਉਸ ਚੀਜ਼ ਤੋਂ ਡਰਦੇ ਅਸੀਂ ਸਰਵੇ ਕਰ ਰਹੇ ਹਾਂ ਇਸ ਕਰਕੇ ਕੇਂਦਰ ਕੋਲੋਂ ਸਰ ਤੁਹਾਨੂੰ ਕੀ ਫੰਡ ਮਿਲੇ ਆ ਮਨਪ੍ਰੀਤ ਬਾਦਲ ਕਹਿੰਦੇ ਆ 71 ਕਰੋੜ ਤੋਂ ਇਲਾਵਾ ਦਮੜੀ ਨਹੀਂ ਮਿਲੀ ਤੁਹਾਡੇ ਵਿਰੋਧੀ ਕਹਿੰਦੇ ਆ ਕਿ 886 ਕਰੋੜ ਰੁਪਏ ਮਿਲਿਆ ਹੋਰ ਵੀ ਉਹਨਾਂ ਡੈਟ ਦਿੱਤੇ ਆ NHM ਦੇ ਥਰੂ ਉਹਨਾਂ ਦੱਸਿਆ 112 ਕਰੋੜ ਦਿੱਤੇ ਆ ਤੁਹਾਨੂੰ ਕੁਛ ਮਿਲਿਆ ਸਰ COVID-19 ਦੇ ਖਿਲਾਫ ਦੇਖੋ ਜਿਹੜਾ ਸਾਡਾ ਰਾਈਟ ਆ ਸਾਨੂੰ ਉਹੀ ਮਿਲਦਾ ਉਸ ਤੋਂ ਬਾਅਦ ਇੱਕ ਪੈਸਾ ਨਹੀਂ ਮਿਲਿਆ ਠੀਕ ਹੈ ਜਿਹੜੀ ਗੱਲ ਕਰ ਅਸੀਂ ਆਪਣੇ GST ਦੇ ਇੰਨੇ ਲੈਣ ਵਾਸਤੇ 4,400 ਕਰੋੜ ਰੁਪਏ ਸਾਡਾ ਬੈਲੈਂਸ ਖੜਾ ਸੈਂਟਰ ਵੱਲ ਉਹ ਸਾਡਾ ਅੱਜ ਜਾਰੀ ਕਰ ਦੇਣ ਤੇ ਸਾਡਾ ਕੱਲ੍ਹੋਂ ਸਾਰਾ ਮਸਲਾ ਹੱਲ ਹੋ ਜਾਏਗਾ ਸਰ COVID-19 ਦੇ ਖਿਲਾਫ ਸਿਹਤ ਮਹਿਕਮੇ ਨੂੰ ਕੁਛ ਮਿਲਿਆ ਸਰ ਬਿਲਕੁਲ ਨਹੀਂ ਮਿਲਿਆ ਜੀ 71 ਕਰੋੜ ਰੁਪਏ ਮਿਲਿਆ ਇਸ ਤੋਂ ਇਲਾਵਾ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ
सर शराब दे मालिए तो अलावा साढ़े कोले होर स्रोत है नहीं, असी वार बार शराब दे ठेके खोलन की मंग करते पे हाँ सेंटर कोले, तुसी उह जिहड़े झंडे लहरा रहे हो उन्हां दे विचाले भी सवाल यही उठते पे आ। देखो गल ऐदा है कि असी अपने एरिया की गल की है, असी अपने राइट्स की गल की है, असी पंजाब का जो आर्थिक पैकेज मंगया उसकी गल की है, असी हॉस्पिटल नूं जो सा जो इंफ्रास्ट्रक्चर है उसनूं होर स्ट्रेंथन करने वास्ते उसकी गल की है। एक आखिरी सवाल सिद्धू साहब, एक आखिरी सवाल, तुहानूं थोड़ा समा होया सेहत मंत्री बनिया नूं, ते तुहाडी सेहत मंत्री होण दे नाते तुहाडी आपदी प्राप्ति की है, तुसीं की कहना चाहुंदे हो, की प्राप्ति है तुहाडी हुण तक दी वड्डी प्राप्ति? मेरी प्राप्ति मेडिकल कॉलेज मोहाली च बन रहा है जी, मेरा मेडिकल कॉलेज मोहाली च बन रहा है, और बहुत सारे बच्चों नूं मैं तकरीबन जिहड़ियां नूं कोई 4,500 बच्चों नूं असीं जॉब दित्ती है और दवाइयां पूरियां कीतियां ने, और बहुत सारे जिहड़ियां असीं प्रपोजल नवीआं बणाईआं ने जिहड़ियां कि असीं हॉस्पिटल नूं अपग्रेड कर रहे हां, और असी कपूरथले दे विच अपना ICU बनाया, सुल्तानपुर लोधी च बनाया, ते बहुत सारे काम है जिहड़े जे गणाए जल्दी कर गिनती कर रहा, मैं तुहानूं लिख के लिस्ट भेज दा। चलो बहुत धन्यवाद बलवीर सिंह सिद्धू साहब तुहाडा वक्त देने लई। ਇਹ ਸਨ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਜਿਨ੍ਹਾਂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਜਵਾਬਾਂ 'ਤੇ ਤੁਹਾਨੂੰ ਕਿੰਨੀ ਤਸੱਲੀ ਹੁੰਦੀ ਹੈ, ਸਾਨੂੰ ਤੁਹਾਡੀ ਤਸੱਲੀ ਨਾਲ ਮਤਲਬ ਹੈਗਾ, ਜੋ ਤੁਹਾਨੂੰ ਤਸੱਲੀ ਹੋਊਗੀ ਤੁਹਾਨੂੰ ਸਮਝ ਆਵੇਗੀ ਕਿ ਸੂਬੇ ਦੇ ਸਿਹਤ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਜਾਂ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਤੁਹਾਡੇ ਲਈ ਕਿਸ ਤਰੀਕੇ ਨਾਲ ਕੰਮ ਕਰਦੀ ਪਈ ਹੈ। ਸਵਾਲ ਇਹ ਵੀ ਰਹਿ ਗਿਆ ਬਾਕੀ ਕਿ ਕਰੋਨਾ ਤੋਂ ਇਲਾਵਾ ਬਾਕੀ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਲੜਨ ਲਈ ਸਰਕਾਰ ਦੀ ਨੀਤੀ ਕੀ ਹੈਗੀ ਹੈ, ਜਿਹੜੀਆਂ ਪਹਿਲਾਂ ਮੌਤਾਂ ਹੋ ਰਹੀਆਂ ਸੀਗੀਆਂ ਉਹਨਾਂ ਮੌਤਾਂ ਦੇ ਵਿੱਚ ਕਮੀ ਕਿਉਂ ਆਈ ਹੈ, ਅਤੇ ਕਰੋਨਾ ਨਾਲ ਜਿਹੜਾ ਮੌਤਾਂ ਦਾ ਅੰਕੜਾ ਪੰਜਾਬ ਦਾ ਵਾਧਾ ਕੋਈ ਜਾ ਰਿਹਾ, ਰਿਕਵਰੀ ਰੇਟ ਸਲੋ ਕਿਉਂ ਹੈਗਾ, ਇਹ ਸਾਰੇ ਸਵਾਲ ਉਹਨਾਂ ਨੂੰ ਕੀਤੇ ਗਏ ਆ। ਪਰ ਜਿਹੜਾ ਇੱਕ ਸਵਾਲ ਉਹਨਾਂ ਨੂੰ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਕਿ ਉਹ ਅਸਤੀਫਾ ਦੇ ਦਿੰਦੇ, ਉਸ ਦਾ ਜਵਾਬ ਉਹ ਦਿੰਦੇ ਆ ਕਿ ਮੈਂ ਅਸਤੀਫਾ ਕਿਉਂ ਦੇਵਾਂ, ਮੈਂ ਤਾਂ ਕੰਮ ਕਰ ਰਿਹਾ, ਅਸੀਂ ਪੰਜਾਬ ਦੀ ਜਨਤਾ ਨੂੰ ਬਚਾ ਲਿਆ, ਪਰ ਲਾਪਰਵਾਹੀ ਜਿੱਥੇ ਜਿੱਥੇ ਹੋਈ ਆ, ਹਾਲਾਂਕਿ ਉਸ ਲਾਪਰਵਾਹੀ 'ਤੇ ਉਹ ਸਿੱਧਾ ਸਿੱਧਾ ਜਵਾਬ ਨਹੀਂ ਦੇ ਰਹੇ, ਪਰ ਆਉਣ ਵਾਲੇ ਸਮੇਂ 'ਚ ਇਹ ਜਵਾਬ ਜ਼ਰੂਰ ਦਿੱਤੇ ਜਾਣਗੇ, ਕਿਉਂਕਿ ਲਾਪਰਵਾਹੀ ਤਾਂ ਹੋਈ ਹੈ। ਜਿਨ੍ਹਾਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ ਇੱਥੇ, ਉਹਨਾਂ ਨੂੰ ਕਿਸ ਤਰੀਕੇ ਹੁਣ ਕੁਆਰੰਟਾਈਨ ਕੀਤਾ ਜਾਵੇਗਾ, ਕਿਸ ਤਰੀਕੇ ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ, ਬਹੁਤ ਸਾਰੇ ਸਵਾਲ ਇਹੋ ਜਿਹੇ ਹੈਗੇ ਆ। ਪਰ ਸਿਹਤ ਅਮਲਾ ਅੱਜ ਵੀ ਟੈਨਸ਼ਨ ਵਿੱਚ ਹੈਗਾ, ਜਿਹੜੀਆਂ ਦਾਅਵੇ ਸੂਬੇ ਦੇ ਸਿਹਤ ਮੰਤਰੀ ਨੇ ਕੀਤੇ PPE ਕਿੱਟਸ ਬਾਰੇ ਅਤੇ ਹੋਰ ਮਾਸਕ ਵੈਂਟੀਲੇਟਰ ਸਾਰਾ ਕੁਛ ਹੈ, ਇਹਨਾਂ ਬਾਰੇ ਬਹੁਤ ਤੋਖਲੇ ਆ ਜਿਹੜੇ ਉਹ ਪੰਜਾਬ ਦੀ ਜਨਤਾ ਦੇ ਮਨ ਵਿੱਚ ਵੀ ਹੈਗੇ ਆ ਅਤੇ ਪੰਜਾਬ ਦੇ ਸਿਹਤ ਅਮਲੇ ਦੇ ਮਨ ਵਿੱਚ ਵੀ ਹੈਗੇ ਆ। ਅਤੇ ਸਾਡੀ ਕੋਸ਼ਿਸ਼ ਹੈ ਕਿ ਹੁਣ ਸਰਕਾਰਾਂ ਇਹ ਸੋਚਣ ਲੱਗ ਪੈਣਗੀਆਂ ਕਿ ਜਿਹੜਾ GDP ਦਾ ਅਸੀਂ 1.28% ਇਹਦੇ 'ਤੇ ਅਸੀਂ ਵਰਤਦੇ ਹਾਂ ਸਿਹਤ ਬਾਰੇ, ਅਤੇ ਹੁਣ ਸਾਨੂੰ ਉਹਦਾ ਦਾਇਰਾ ਵਧਾਉਣਾ ਪਵੇਗਾ, ਬਜਟ ਵਧਾਉਣਾ ਪਵੇਗਾ, ਸਿਹਤ ਸਿੱਖਿਆ ਬਾਰੇ ਸੋਚਣਾ ਪਵੇਗਾ, ਨਹੀਂ ਤਾਂ ਫਿਰ ਅਸੀਂ ਇਹੀ ਸਵਾਲ ਪੁੱਛਦੇ ਰਹਾਂਗੇ ਜਦੋਂ ਵੀ ਕੋਈ ਆਪਦਾ ਆਵੇਗੀ, ਅਸੀਂ ਇਸ ਨੂੰ ਕਾਬੂ। ਬਹੁਤ ਧੰਨਵਾਦ।